صدق اللہ مولانا العظیم اللہ پاک نے کرم فرمایا اللہ پاک نے مہربانی فرمائی اسی سارے امام الانبیاء سید الانبیاء خاتم المرسلین رحمت للعالمین نبی اکرم نور مجسم صلی اللہ علیہ وآلہ وسلم دے محفل پاک میلاد مصطفیٰ حاضری دا شرف حاصل کر رہے ہیں۔ میزبان محمد یوسف نے مینو ملے بڑی عقیدت اور محبت دے نال جڑی انہیں گل سنائی ہے، میں بڑا خوش ہویا کہ میں ہر سال جڑی محنت کرنا مزدوری کرنا جے شعبے نال دا تعلق ہے وہ ایک مہینے دی کمائی جڑی ہوندی ہے میں ہر سال میلاد شریف کرا۔ سبحان اللہ، جذبہ ویکھ کے مینوں بڑی خوشی ہوئی۔ تسی جڑے بزرگ عزیز بھائیاں ورگے بچیاں ورگے تشریف فرماؤ، تسی بھی ظاہر حضور کا ذکر سننے واسطے آئے، انہاں نال تعارف ہویا ہے، بڑی خوشی ہوئی ہے۔ حضرت پیر طریقت محمد عمران قادری اویسی صاحب تشریف فرمانے، حضرت قبلہ سید رفیل صاحب تشریف فرمانے، نعت خان قاری صاحب فرشے، ماشاءاللہ بچے رونق لائی اسٹیجاں تے، نقیب صاحب بھی تے بچیاں بھی تے، تے لیل پرو بھی آ گیا پھوارا مارن بہ جا جے۔ میں وعدہ کیتا، اللہ پاک نے مینو توفیق عطا فرمائی، میں بھی حاضر ہو گیا، مینو میزبانہ جڑا مزو دتا ہے نا
ਇੱਥੇ ਆ ਕੇ ਉਹ ਹੈ ਅਜ਼ਮਤ ਅਹਿਲੇ ਬੈਤ ਰਸੂਲ ਸੱਲੱਲਾਹੁ ਅਲੈਹਿ ਵਸੱਲਮ। ਹਮੇਸ਼ਾ ਕੋਸ਼ਿਸ਼ ਕਰੀ ਦੀਏ ਬਿਆਨ ਕਰਨ ਦੀ। ਇਹ ਮੈਨੂੰ ਪਤਾ ਹੈ ਕਿ ਮੈਂ ਕਦੀ ਬਿਆਨ ਕਰਨ ਦਾ ਹੱਕ ਅਦਾ ਨਹੀਂ ਕਰ ਸਕਿਆ। ਬਹੁਤ ਬੜਾ ਅਲਾਮਾ ਜਾਂ ਮੁਫੱਕਰ ਮੁਹੱਦਿਸ ਨਹੀਂ, ਮੈਂ ਬੜਾ ਛੋਟਾ ਜਿਹਾ ਬੰਦਾ ਵਾਂ। ਅਹਿਲੇ ਇਲਮ ਬੇਪਨਾਹ ਮੇਰੇ ਨਾਲੋਂ ਸੀਨੀਅਰ ਨੇ, ਨਾਲੇ ਮੈਂ ਉਹਨਾਂ ਦੀ ਕੀ ਸ਼ਾਨ ਬਿਆਨ ਕਰ ਸਕਣਾ ਜਿਹੜੀ ਨਲੈਣੇ ਪਾਕ ਹਜ਼ੂਰ ਦੀਆਂ ਕਦਮਾਂ ਦੇ ਥੱਲੇ ਆ ਜਾਏ, ਉਹ ਅਰਸ਼ ਤੋਂ ਉੱਚੀ ਹੋ ਜਾਂਦੀ ਹੈ। ਜਿਹੜਾ ਹਜ਼ੂਰ ਦੇ ਮੋਢਿਆਂ ਤੇ ਬਹੇਗਾ ਉਹ ਕਿੰਨੀ ਕੁ ਸ਼ਾਨ ਵਾਲਾ। ਤੋ ਬੇਲੀਓ, ਕੋਸ਼ਿਸ਼ ਕਰਨੀ ਹੈ, ਕੁਛ ਬਿਆਨ ਕਰਨ ਦੀ ਕੋਸ਼ਿਸ਼ ਕਰਨੀ ਹੈ। ਜਿੰਨੀ ਅੱਲਾਹ ਪਾਕ ਨੇ ਤੌਫੀਕ ਅਤਾ ਫਰਮਾਈ ਉਹਨਾਂ ਬਿਆਨ ਇਨਸ਼ਾ ਅੱਲਾਹ ਅੱਲਾਹ ਪਾਕ ਦੇ ਕਰਮ ਨਾਲ ਹਜ਼ੂਰ ਦਾ ਸਦਕਾ ਅੱਜ ਵੀ ਹੋ ਜਾਏਗਾ। ਇਲਾਕੇ 'ਚ ਮੈਂ ਬੇਪਨਾਹ ਮਰਤਬਾ ਬੁੱਚੇ ਕੀ ਜੜ੍ਹਾਂ ਵਾਲੇ ਇਲਾਕੇ 'ਚ ਇਹਨਾਂ ਪਿੰਡਾਂ ਦੇ ਨਾਂ ਤੇ ਨਹੀਂ ਹੁੰਦੇ, ਇੰਝ ਲੱਗਦਾ ਜਿਵੇਂ ਇੱਥੇ ਪਹਿਲੀ ਵਾਰੀ ਆਇਆ। ਬੰਦੇ ਮੈਨੂੰ ਅੱਜ ਮਿਲੇ ਨੇ ਜਿਹੜੇ ਅੱਗੇ ਜਲਸਿਆਂ 'ਚ ਮੈਨੂੰ ਮਿਲਦੇ ਨੇ, ਮੇਰੇ ਉਹ ਵੀਰੋ, ਬੱਚਿਓ, ਅਜ਼ੀਜ਼ੋ, ਬਜ਼ੁਰਗੋ, ਭਾਈਓ, ਇੱਕ ਗੱਲ ਗੌਰ ਨਾਲ ਸੁਣ ਲਿਆ ਜੇ। ਇੱਕ ਤੇ ਜਿੰਨੇ ਬਹਿਣਾ ਨਾ ਅਦਬ ਨਾਲ ਬੈਠੇ ਰਿਹਾ ਜੇ, ਇਹ ਆਮ ਮਹਿਫਲ ਨਹੀਂ, ਹਜ਼ੂਰ ਦੀ ਮਹਿਫਲ ਹੈ। ਜਿਹੜੇ ਬੇਲੀ ਖੜੇ ਹੋ ਅਗਰ ਆ ਕੇ ਬਹਿ ਜਾਓ ਤਾਂ ਤੁਹਾਡੀ ਮਿਹਰਬਾਨੀ, ਖਲੋਤੇ ਰਹੋ ਤਾਂ ਤੁਹਾਡੀ ਮਰਜ਼ੀ। ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਉਹ ਇਹ ਮੇਰੇ ਹੱਥੋਂ ਤੇ ਕਰੋ ਨਾ, ਤੇ ਮੈਂ ਇਹਨਾਂ ਪੈਸਿਆਂ ਵਾਸਤੇ ਵਾਅਦਾ ਕਰਦਾ ਤੇ ਨਾ ਮੈਂ ਤੁਹਾਡੀ ਵਾਹ ਵਾਹ ਸੁਣ ਕੇ ਖੁਸ਼ ਹੋ ਜਾਣਾ ਕਿ ਮੈਨੂੰ ਇਹਨਾਂ ਆਖਿਆ ਬੜੀ ਤਕਰੀਰ ਕੀਤੀ ਜੇ ਤੁਸੀਂ ਨਾ ਆਖਿਆ ਜੇ। ਮੈਂ ਦੋ ਵਜ੍ਹਾ ਨੇ ਜਿਹਦੀ ਵਜ੍ਹਾ ਤੋਂ ਤਕਰੀਰ ਕਰਨਾ, ਇਹ ਮੇਰੀ ਗੱਲ ਤੁਸੀਂ ਮੰਨ ਜਾਓ ਤਾਂ ਵੀ ਤੁਹਾਡਾ ਭਲਾ ਹੋਵੇ, ਨਾ ਮੰਨੋ ਤਾਂ ਵੀ ਤੁਹਾਡਾ ਭਲਾ ਹੋਵੇ। ਇਹ ਮੇਰਾ ਤੇ ਅੱਲਾਹ ਦਾ ਵਾਅਦਾ। ਇੱਕ ਤੇ ਮੈਂ ਦੁਆ ਕਰਨਾ ਹੁੰਦਾ ਯਾ ਅੱਲਾਹ ਮੈਂ ਤਕਰੀਰ ਉਹਨਾਂ ਚਿਰ ਹੀ ਕਰਾਂ ਜਿੰਨਾ ਚਿਰ ਮੇਰੇ ਮੂੰਹ ਸੱਚੀ ਗੱਲ ਨਿਕਲਦੀ। ਜੇ ਮੈਂ ਸੱਚੀ ਗੱਲ ਨਹੀਂ ਕਰਨੀ ਤੇ ਗਲਤ ਗੱਲਾਂ ਕਰਨੀਆਂ ਨੇ, ਤੁਸੀਂ ਆਮੀਨ ਕਹਿ ਦਿਆ ਜੇ ਯਾ ਅੱਲਾਹ ਮੈਨੂੰ ਤਕਰੀਰ ਕਰਨ ਦੀ ਤੌਫੀਕ ਹੀ ਨਾ ਦੇ, ਆਮੀਨ ਕਹਿ ਦਿਆ। ਕੋਸ਼ਿਸ਼ ਕਰਦਾ ਹੁੰਦਾ ਦੋ ਵਜ੍ਹਾ ਨੇ ਤਕਰੀਰਾਂ ਕਰਨ ਦੀਆਂ ਮੇਰੀਆਂ, ਐਜ਼ ਏ ਇਬਾਦਤ, ਐਜ਼ ਏ ਤਬਲੀਗ, ਦੋ ਹੀ ਵਜ੍ਹਾ ਨੇ ਮੇਰੀ ਤਕਰੀਰ ਕਰਨ ਦੀਆਂ। ਗੱਲ ਗੌਰ ਨਾਲ ਸੁਣ ਜੋਗੇ, ਨਾ ਸਮਝ ਆਈ ਕਿਸੇ ਹੋਰ ਮੌਲੀ ਕੋਲ ਪੁੱਛ ਲਿਆ ਜੇ। ਮੇਰੇ ਨਾਲੋਂ ਚੰਗੀ ਗੱਲ ਤਸੱਲੀ ਵਾਲੀ ਤੁਹਾਨੂੰ ਦੇਵੇ ਕੁਰਾਨ ਹਦੀਸ ਦੇ ਮੁਤਾਬਕ, ਤੇ ਮੇਰੀ ਗੱਲ ਛੱਡ ਦਿਆ ਜੇ, ਉਹਦੀ ਗੱਲ ਮੰਨ ਲਿਆ ਜੇ, ਤੇ ਜੇ ਜ਼ਿਹਨ ਨੇ ਤਸੱਲੀ ਨਾ ਦਿੱਤੀ ਤੇ ਕਿਸੇ ਵਾਸਤੇ ਮੇਰੀ ਗੱਲ ਨਾ ਛੱਡੀ, ਜੇ ਕੁਰਾਨ ਹਦੀਸ ਦੇ ਮੁਤਾਬਕ ਹੋਵੇ ਤੇ ਮੰਨੀ ਰੱਖੀ। ਮੈਨੂੰ ਨਹੀਂ ਪਤਾ ਤੁਹਾਡਾ ਕੀ ਮਾਹੌਲ ਹੈ, ਮੈਂ ਆਪਣੀ ਮਿਜ਼ਾਜ ਦੇ ਮੁਤਾਬਕ ਤਕਰੀਰ ਕਰਨਾ ਹੁੰਦਾ, ਨਾ ਮੈਂ ਕੋਈ ਫਤਵੇ ਵਾਲੀ ਮਸ਼ੀਨ ਹੈ ਕਿ ਮੈਂ ਕਿਸੇ ਨੂੰ ਕਾਫਰ ਆਖਾਂ, ਮੁਸ਼ਰਕ ਆਖਾਂ, ਨਹੀਂ। ਤੁਸੀਂ ਸਾਰੇ ਬੜੇ ਚੰਗੇ ਹੋ, ਕਮ ਸੇ ਕਮ ਮੇਰੇ ਨਾਲੋਂ ਚੰਗੇ ਬੈਠੇ, ਇਸ ਵਾਸਤੇ ਡਿਸਟਰਬ ਨਾ ਕਰਿਆ ਜੇ, ਘੁਰ ਨਾ ਕਰਿਆ ਜੇ, ਟੈਲੀਫੋਨਾਂ ਨਾਲ ਨਾ ਖੇਡਿਆ ਜੇ। ਤਵੱਜੋ ਦੇ ਨਾਲ ਜਿੰਨਾ ਚਿਰ ਅੱਲਾਹ ਮੈਨੂੰ ਤੌਫੀਕ ਦਿੱਤੀ ਉਹ ਤਕਰੀਰ ਸੁਣਾਈ, ਤੁਹਾਡੀ ਮਿਹਰਬਾਨੀ। ਔਰ ਮੇਰੀ ਤਕਰੀਰ ਤੋਂ ਬਾਅਦ ਹਾਂ ਮੈਂ ਵੀ ਕਹਿ ਦਿਆਂ, ਜਲਸਾ ਖਤਮ ਨਹੀਂ ਹੋਣਾ, ਮਹਿਫਲ ਖਤਮ ਨਹੀਂ ਹੋਣੀ। ਇਹ ਬੱਚੇ ਤੁਹਾਨੂੰ ਨਾਚ ਸੁਣਾਉਣਗੇ ਤੇ ਇੱਕ ਗੱਲ ਤੁਹਾਨੂੰ ਇੱਥੇ ਮੈਂ ਕਰਾਂਗਾ। ਮੰਮਾ ਯੂਸਫ ਆ ਜਾ, ਤੇਰਾ ਮੈਂ ਨਾਂ ਲੈਂਦੇ ਪਰ ਤੂੰ ਫਿਰਨਾ ਪਿਆ, ਇਹ ਮੈਨੂੰ ਬੜਾ ਚੰਗਾ ਲੱਗਿਆ ਨੇ, ਸੱਚੀ ਗੱਲ ਮੈਨੂੰ ਸੁਣਾਈ। ਬਹਿ ਜਾ, ਤੁਸੀਂ ਜ਼ਿਕਰ ਸੁਣਨਾ ਹੈ, ਮੇਰੇ ਵਾਸਤੇ ਨਹੀਂ ਆਏ, ਇਹਨਾਂ ਵਾਸਤੇ ਨਹੀਂ ਆਏ। ਮੇਰੀ ਤਕਰੀਰ ਤੋਂ ਬਾਅਦ ਉੱਠ ਕੇ ਨਹੀਂ ਜਾਣਾ, ਕਿਉਂਕਿ ਤੁਸੀਂ ਸਾਡੇ ਵਾਸਤੇ ਨਹੀਂ ਆਏ, ਆਪਣੇ ਆਕਾ ਦਾ ਤੇ ਜ਼ਿਕਰ ਸੁਣਨ ਆਏ ਹੋ, ਤੇ ਜਿੰਨੇ ਮੈਚ ਫੜਿਆ ਨਾ ਉਹਨੇ ਤੁਹਾਨੂੰ ਜ਼ਿਕਰ ਹੀ ਸੁਣਾਉਣਾ। ਅੱਛੇ ਮੇਜ਼ਬਾਨ ਮਹਿਮਾਨਾਂ ਦੀ ਕਦਰ ਵੀ ਕਰਦੇ ਨੇ,
وضاحت نہیں میں کرنی احمد صاحب اس انی کو کہہ دے سمجھ آ گئی میں کیا تھا فلک سے نہیں آ گیا اے نہ نہیں میری گل ہن تسی توجہ نال میری گل سن اے دعا کریا جے میں جو گل کراں قران حدیث دے مطابق کراں آمین کہہ دے انما حسر ہن تقریر شروع ہو گئی ہے میں سمجھاؤں دی کوشش کراں گا تسی سمجھن دی کوشش کرو اے پڑھے لکھے درا تسی بھی اے وی بیٹھے ماشاءاللہ انما او کاکا اوئے نہ کرو بیٹا جیب چ پائے لو اچھے بچے نے تانوں میں سمجھایا بیٹا تسی تے بہت اچھے ہو سنو انما حسر تقریر شروع ہو گئی حساب مثال دے دینا تانوں پھر سمجھا دے اللہ دے ولی جنوں اسی انے اولیاء اللہ او کچھ عمل ایسے بھی کر دین او کچھ وظیفے ایسے بھی پڑھ دین او پڑھن تو پہلاں جتھے بہ کے پڑھ دے رہے نا اوتھے آلے دوالے گول جیا دائرہ والے لیک خط میں عمل نہیں کدی کیتا اللہ دے ولی کر دینے میں اللہ دے ولی نہیں میں اولیاء اللہ نوں منن والا بڑا سست غافل بندہ ہوں اولیاء اللہ نہیں وہ بہ کے نہ پڑھ دے او دے وچ اللہ دے ولی ایک مسئلہ بھی کر جاں اللہ دے ولی کون ہوندا ہے قل ان کنتم تحبون اللہ فتبعونی یحببکم اللہ اے وی گل یاد رکھیا جی اللہ دا ولی وہ ہوندا ہے جڑا نبی پاک صلی اللہ علیہ وسلم دی اتباع کرتا ہے شریعت دے مطابق زندگی بسر کرتا ہے عالم ہوندا ہے جاہل نہیں ہوتا بے علما جو کرے فقیری کافر مرے دیوانہ ہوں ہر مولوی ولی اللہ نہیں ہوندا میں ولی اللہ نہیں مگر ہر ولی اللہ عالم دین ہوندا ہے تے جدو پڑھ کے عمل کرتا ہے اللہ پاک تو اپنا ولی بنا لیندا ہے ولایت وراثت چ نہیں ملدی سنو میں کی کہہ رہا ہوں ولایت وراثت چ نہیں ملدی اے کوئی زمین نہیں جڑی پیو مر گیا تے کوئی پتراں نے ونڈ لینی اے کوئی دکاناں نہیں کہ پیو مر گیا تے دو دو دکاناں منڈیاں نوں آ گئیاں ولایت وراثت چ نہیں ملدی ولایت مدینے والے دی غلامی چ ملدی ہے اگ کھائے ہوا اڈ کے آئے پانی تے ٹر کے آئے نبی پاک صلی اللہ علیہ وآلہ وسلم دی ایک سنت دا وی تارک ہوئے بڑا چنگا بندہ ہو سکتا ہے اللہ دا ولی نہیں ہو سکتا پاویں ولی دا پتر ہوئے پاویں کتب دا پتر ہوئے پاویں غوث دا پتر ہوئے وہ عظیم باپ دا نلائک بیٹا بھی ہو سکتا ہے کیونکہ ولایت وراثت نہیں ملدی ولایت مدینے والے دی غلامی چ ملدی ہے یہ مسئلے دی سمجھ آ گئی ہے یاد رکھے تو میں عرض کرنا پیا اللہ دے ولی اتھے بہن لگے نا آلے دوڑے گول یا دارا والے میرے الوین دے رہا ہے انہوں کہندے نے حسار انہوں کی کہندے نے بولو بدیر کوئی ڈر نہیں کیا دے نے حسار او دا سادہ جیا ترجمہ اے وے مفہوم خلاصتا اے وے مطلب اے وے کہ او جنہ چر اتھے بہ کے پردہ رہن دے نا کوئی جن پری پوت جنہوں باہر نہیں شہر دے وہ حد کراس نہیں کرنا انما حسر حسار اے اللہ نے شان دیتی اپنے محبوب دے گھر والیاں نوں ایتھے بہ کے گول کر رہے رب نے حکمن حد بندی کر چھڑی ہن ترجمہ مفہوم اے وے کہ اہل بیت دی شان اے وے کہ انہاں دے نیڑے پلیتی آئی نہیں سکتی کیونکہ انما حسر ہے اہل بیت رسول
हजूर सल्लल्लाहु अलैहि वसल्लम दे नेड़े पलीती बोलो बोलो आ ही नहीं सकदी मफहूम हो रहे ते जिहड़ा मैं ना आ ही नहीं सकदी इहदा मतलब हो रहा हजूर सल्लल्लाहु अलैहि वसल्लम दे घर वालियां दी ये शान है ते दित्ती है अल्लाह ने कि इन्हां दे नेड़े पलीती आ ही नहीं सकदी या इंज कह लो ए पलीती दे नेड़े जा ही नहीं सकदी ए पलीती तो दूर पलीती इन्हां तो दूर पलीती इन्हां दे नेड़े नहीं आ सकदी ए पलीती दे नेड़े नहीं जा सकदे जिथे अहले बैत ने उथे पलीती नहीं जिथे पलीती है उथे अहले बैत नहीं तवज्जो रखिया जे केड़ी पलीती हर पलीती तो पाक हर पलीती सुनो वो अमली होवे फेली होवे कौली होवे बदनी होवे ये गल किसे सैयद ने आप करनी है या सैयदा ने गुलामा ने करनी और मौलवी नहीं करी जी मैं करना पया ए पलीती दे नेड़े जा ही नहीं सकते पलीती इन्हां दे नेड़े आ ही नहीं सकती क्योंकि इन्ना माफर है पलीती केड़ी एक पलीती नहीं हर पलीती अमली फेली कौली बदनी इन्हां दे ना कौली ना फेली ना अमली ये हर लिहाज नाल अल्लाह पाक ने इन्हां नूं हर पलीती तो पाक कर छड़िया हर पलीती तो बोलो सारे हर पलीती तो लफज की ने तत्हीरा समझाउण वास्ते फिर एक अर्ज करना जिवें आंदे ने तकबीरा अल्लाह बड़ा बुलंद है अल्लाह बहुत बड़ा है तत्हीरा तकबीरा अल्लाह कितना कु बुलंद है ए अल्लाह ही जानदा है तत्हीरा ए किन्ने कु पाक कर छड्डे सु ए अल्लाह ही जानदा है सुभान अल्लाह सुभान अल्लाह जिन हाथ रखना इन्हां दा अजमत ते मकाम तहारत दा अल्लाह जानदा है मैं सिर्फ इन्ना बयान कर देना मसलन दुआ करो अल्लाह कुल बे औलादियां नूं औलाद अता फरमाए अल्लाह पाक कुल दियां धीआं भैणां अपने घरां च आबाद ते शाद रहण अल्लाह हर खुशी नसीब फरमाए हुण सुनो जो बच्चा पैदा होंदा है हर औरत मजबूर होंदी है कई दिन ना नमाज पढ़ सकती है ना कुरान की तलावत कर सकती है ये उहदे फितरती तकाज़े ये निज़ाम है बच्चे की वलादत हुई कई दिन ना नमाज पढ़ सकती है ना कुरान पढ़ सकती है इन्नमा युरीदुल्लाह लियुज़हिबानकुम रिज़्ज़ा अहलल बैत व युतहिरकुम तत्हीरा 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 इन्ना दा दर्जा एवे इन्ना दी तहारत दा खुसूसी दर्जा एवे औरत बच्चा पैदा करे कई दिन ना नमाज पढ़ सकती है ना वो कुरान पढ़ सकती है मौला हसन पैदा होन ते चंद घड़ियां तो बाद मसीती अजान होवे ते ज़हरा पाक उठ के नमाज पढ़ लेंदी है नारे तकबीर नारे रिसाल नारे हैदरी अख दा तारा दिल दा चैन या हुसैन समझ आई जी तत्हीरा उधर मौला हसन की वलादत होए चंद घड़ियों तो बाद मसीती अजान होए ते सैयदा सलामुल्लाह अलैहा उठ के नमाज पढ़ ले इन्हां दी इन्हां दा दर्जा है
حضرت عظیم البرکت مجدد دین و ملت امام مولانا اشام رضا بریلوی رحمت اللہ علیہ اس سے گل دی وضاحت کیتی ہے گلا نہ کرو اے اس سے گل دی وضاحت کیتی ہے اور کوٹھے پر رو کتاباں دے کوٹھے میں ایک مصرع اللہ لگا پڑھ لگا ماں تنو پتہ لگ جائے گا زہرا پاک دا غلام کو اللہ حضرت بریلوی رحمت اللہ علیہ فرما دے سنو نام ہی سمجھ آئی تو میں ترجمہ کر دیاں گا اللہ حضرت بریلوی فرما دے رہے ہیں آب تطہیر سے جس میں پودے جمے آب تطہیر سے جس میں پودے جمے اس ریاضِ نجابت پہ لاکھوں سلام اس ریاضِ نجابت پہ لاکھوں اور سیدہ زہرا احمد کی راحت پہ آپ کہندے نے تطہیر آدی میں وضاحت کر چھڑیے ہر پلیتی تو پاک ریاض کہندے نے باغ نو آلہ حضرت سیدہ سلام اللہ علیہ نو باغ کہہ رہے ہیں کیونکہ میرے نبی پاک صلی اللہ علیہ وسلم نے فرمایا لوگو تواڈی نسل تواڈے پتراں والوں اے میری نسل میری بیٹی سیدہ فاطمہ تو سہرا سید ہوے جڑا فاطمی ہے مولا علی دے 18 پتر نے آپ فرماندے ہیں آب تطہیر سے جس میں پودے جمے اس ریاض نجابت ریاض کہنے رہے باغ نو زہرا پاک کے باغ پودے نے اولاد فاطمہ اللہ دے فرماندے نے ایتھے پلیت پانی دا تصور نہیں آب تطہیر سے اس واسطے اللہ دے فرماندے نے تیری نسل پاک میں بچہ بچہ نور کا عجیب دوسری کہنے ہو نا مٹی نے بنے ہیں تو مٹی چھوڑ جانا ہے حالانکہ دن مٹی لگی کوئی نہیں یہ کیوں کہی جائے مٹی نے بنے ہیں تو مٹی چھوڑ جانا ہے ابتدا مٹی ہے نسل رسول دی ابتدا نور ہے تطہیرات توجہ رکھنا ذرا ایک قرآن اعلان کردہ ہے پیار کہ رسول امام الانبیاء صلی اللہ علیہ وسلم کی بات ہو رہی ہے رب فرماتا ہے میرے محبوب دے گھر والے ہر پلیتی تو پاک نے دوری بولو ہر پلیتی تو صحیح نہیں بول دے میں تسی بچے نہ بولو بیمار نہ بولو باقی بولو نال ذکر کرو تے نال سنو حضور صلی اللہ علیہ وسلم دے گھر والے ہر پلیتی تو تسی بولو ہر پلیتی تو میں بار بار اخوانا پہ توجہ بھی کریا جی اس واسطے ہر پلیتی تو کون ہاں ہاں بولو کون حضور دے گھر والے اہل بیت رسول پھر گل سمجھو میں پھر بولو میرے نال سمجھ ہی تاں نہیں ہے ہر پلیتی تو پاک نے بولو ہر پلیتی تو کون اسی بولو کون گھر والے تے ہر پلیتی تو پاک نے تے حضور لے میں اس واسطے خواندا سا جے پیا مما یوسف میری گل سن چھڈ لے بہ جا پترا بہ جا مسئلہ سمجھو نہ کرو گل بات کر لے میرا پترا مہربانی تہاڈی محنت میری زار نہ کریا جے 3 گھنٹے دا سفر ایتھوں آیا تے میں تہاڈی داد دین واسطے نہیں آیا تبلیغ کرنا آیا تے ذکر کرنا آیا سبحان اللہ گل دی سمجھ نہ آوے کسے ہور مولوی نوں پوچھ لینا ہے
ਮੇਰੇ ਨਾਲ ਚੰਗੀ ਗੱਲ ਦੱਸੀ ਉਹਦੀ ਮੰਨ ਲਿਆ ਜੀ। ਮੈਂ ਤੇ ਤਬਲੀਗ ਕਰਨਾ ਹੁੰਦਾ, ਕੋਈ ਲੜਾਈਆਂ ਕਰਨ ਨਹੀਂ ਆਉਂਦਾ ਹੁੰਦਾ। ਤਵੱਜੋ ਹੈ ਮੇਰੇ ਵੱਲ? ਹੁਣ ਫਿਰ ਬੋਲਣਾ ਪਏਗਾ ਤੁਹਾਨੂੰ, ਇਹ ਗੱਲਾਂ ਕਰਨ ਲੱਗ ਪਿਆ ਸਾਰਾ। ਹਜ਼ੂਰ ਦੇ ਘਰ ਵਾਲੇ ਹਰ ਪਲੀਤੀ ਤੋਂ, ਹਰ ਪਲੀਤੀ ਤੋਂ, ਤੇ ਹਜ਼ੂਰ ਪਹਿਲਾਂ ਇਹ ਫੈਸਲਾ ਕਰ, ਤੁਹਾਨੂੰ ਸਮਝਾਣੀ। ਅੱਛਾ ਇੰਜ ਕਹਿ ਲਓ, ਅਹਿਲੇ ਬੈਤ ਨੂੰ ਸ਼ਾਨ ਦਿੱਤੀ ਕਿੰਨੇ ਨੇ? ਕਿੰਨੇ? ਕਿਹਦਾ ਸਦਕਾ ਮਿਲੀ? ਹਜ਼ੂਰ ਦਾ ਸਦਕਾ ਨਾ। ਇੱਕ ਜ਼ਰੇ ਤਲਕ ਅਰਸ਼ੇ ਆਜ਼ਮ ਤੱਕ, ਤਹਿਤੋ ਸਰਾ ਤਲਕ ਲਾ ਮਕਾਨੀਆਂ ਬੁਲੰਦੀਆਂ ਤੱਕ, ਕੁਤਬੇ ਜਨੂਬੀ ਤਲਕ ਕੁਤਬੇ ਸ਼ਮਾਲੀ ਤੱਕ, ਕਾਇਨਾਤ ਦਾ ਵਜੂਦ ਅਗਰ ਮਾਰਜ਼ੇ ਵਜੂਦ ਚ ਆਇਆ ਮਿਲਾਦ ਮਨਾਉਣ ਵਾਲੇ ਹੋ ਤੇ ਹਜ਼ੂਰ ਦਾ ਸਦਕਾ ਆਇਆ। ਹਜ਼ੂਰ ਦਾ ਸਦਕਾ ਹੈ। ਵਲੀਆਂ ਦੀ ਵਲਾਇਤ, ਕੁਤਬਾਂ ਦੀ ਕੁਤਬੀਅਤ, ਮੁਜੱਦਾਂ ਦੀ ਮੁਜੀਦੀਅਤ, ਗੌਸਾਂ ਦੀ ਵਸੀਅਤ, ਬਲਕਿ ਇੱਕ ਲੱਖ ਤੇ ਕਈ ਹਜ਼ਾਰ ਤੇ ਨਬੀਆਂ ਰਸੂਲਾਂ ਨੂੰ ਜਿਹੜੀ ਸ਼ਾਨ ਮਿਲੀ ਹੈ ਨਾ, ਉਹ ਵੀ ਹਜ਼ੂਰ ਦਾ ਸਦਕਾ ਮਿਲਿਆ। ਬੋਲੋ, ਹਜ਼ੂਰ ਦਾ ਸਦਕਾ ਮਿਲਿਆ। ਤੇ ਜਿਹਦੇ ਸਦਕੇ ਮਕਾਮ ਮਿਲਿਆ, ਇਹ ਹਜ਼ੂਰ ਦੇ ਘਰ ਦੀ ਸ਼ਾਨ ਹੈ ਤੇ ਘਰ ਚ ਰਹਿਣ ਵਾਲਿਆਂ ਦੀ ਸ਼ਾਨ ਹੈ। ਇੰਨਾ ਮਾ ਯੂਰੀਦੁੱਲਾ ਯੂਜ਼ਹਿਬਾਨ ਕੁਮੁਰ ਰਿਜ਼ਾ। ਤਵੱਜੋ ਨਾ ਕੀਤੀ ਤੇ ਤੁਹਾਨੂੰ ਸਮਝ ਕੋਈ ਨਹੀਂ ਆਉਣੀ, ਮੈਂ ਬਾਰ ਬਾਰ ਰਿਪੀਟ ਕਰ ਰਿਹਾ। ਇੰਨਾ ਮਾ ਯੂਰੀਦੁੱਲਾ ਯੂਜ਼ਹਿਬਾਨ ਕੁਮੁਰ ਰਿਜ਼ਾ ਅਹਲਲ ਬੈਤਿ ਵਾ ਯੁਤਾਹਿਰਕੁਮ ਤਤਹੀਰਾ। ਰੱਬ ਦੀ ਗੈਰਤ ਗਵਾਰਾ ਨਹੀਂ ਕਰਦੀ ਕੋਈ ਪਲੀਤ ਉਹਦੇ ਮਹਿਬੂਬ ਦਾ ਬੂਹਾ ਵੀ ਲੰਘੇ। ਰੱਬ ਦੀ ਗੈਰਤ ਇਹ ਗਵਾਰਾ ਨਹੀਂ ਕਰਦੀ ਕੋਈ ਪਲੀਤ ਉਹਦੇ ਮਹਿਬੂਬ ਦਾ ਬੂਹਾ ਵੀ ਲੰਘੇ। ਜਿਹੜਾ ਉਹਦੇ ਮਹਿਬੂਬ ਦੇ ਘਰ ਆ ਗਿਆ ਹਰ ਪਲੀਤੀ ਤੋਂ ਪਾ ਕੇ, ਉਹ ਹਰ ਪਲੀਤੀ ਤੋਂ ਪਾ ਕੇ ਜਿਹੜਾ ਹਜ਼ੂਰ ਦਾ ਘਰ ਹੈ, ਜਿਹੜਾ ਹਜ਼ੂਰ ਦਾ ਵਿਹੜਾ, ਜਿਹੜੇ ਹਜ਼ੂਰ ਦੇ ਹੁਜਰਾ ਹੈ, ਜਿਹੜਾ ਉੱਥੇ ਆ ਗਿਆ ਜਿੱਥੇ ਹਜ਼ੂਰ ਦੇ ਕਦਮ ਲੱਗੇ ਨੇ, ਉਹ ਹਰ ਪਲੀਤੀ ਤੋਂ ਪਾ ਕੇ ਜਿਹੜਾ ਕਿਸੇ ਪਲੀਤ ਨੂੰ ਵਿਹੜੇ 'ਚ ਨਹੀਂ ਵੜਨ ਦਿੰਦਾ, ਜਿਹਦੇ ਬਤਨ 'ਚ ਰਸੂਲ ਹੈ ਉਹ ਕਿੰਨੀ ਕੁ ਪਾ ਕੇ, ਜਿਹਦੀ ਗੋਦ 'ਚ ਰਸੂਲ ਹੈ ਉਹ ਕਿੰਨਾ ਕੁ ਪਾ ਕੇ, ਜਿਹਦੇ ਮੋਢਿਆਂ 'ਤੇ ਰਸੂਲ ਹੈ ਫਿਰ ਉਹ ਕਿੰਨਾ ਕੁ। ਹਟ ਹਟ ਯਾਦ ਰੱਖਣਾ, ਤਕਰੀਰ ਰਿਕਾਰਡ ਹੋ ਰਹੀ ਹੈ, ਤੁਸੀਂ ਪੁੱਛਣਾ ਫਿਦਾ ਹੁਸੈਨ ਸ਼ਾਹ ਗੱਲ ਕਰ ਗਿਆ। ਮੈਨੂੰ ਇਹ ਦੱਸੋ ਸਾਰੇ ਬੋਲ ਕੇ ਜਿਹੜੇ ਵੀ ਹਜ਼ੂਰ ਦੇ ਗੁਲਾਮ ਬੈਠੇ ਹੋ, ਅਹਿਲੇ ਬੈਤ ਦੇ ਨੇੜੇ ਪ੍ਰੀਤੀ ਆ ਸਕਦੀ ਹੈ? ਬੱਚੇ ਨਾ ਬੋਲੋ, ਬਿਮਾਰ ਜੇ ਕਰੋ ਵੀ ਨਾ ਬੋਲੋ। ਅਹਿਲੇ ਬੈਤ ਦੇ ਨੇੜੇ ਪ੍ਰੀਤੀ ਆ ਸਕਦੀ ਹੈ ਤੇ ਹਜ਼ੂਰ ਦੇ ਨੇੜੇ? ਹੱਥ ਚੁੱਕਿਆ ਕੁਝ ਦਾ ਕੀਤਾ, ਹਜ਼ੂਰ ਦੇ ਨੇੜੇ ਪ੍ਰੀਤੀ ਆ ਸਕਦੀ ਹੈ? ਹੱਥ ਉੱਚੀ ਰੱਖਿਆ ਜੇ, ਜੇ ਦਿਲ ਚ ਖਿਆਲ ਵੀ ਆ ਗਿਆ ਨਾ ਕਿ ਅਹਿਲੇ ਬੈਤ ਦੇ ਨੇੜੇ ਪਲੀਤੀ ਨਹੀਂ ਆਉਂਦੀ ਤੇ ਅੱਲਾ ਮੈਨੂੰ ਲਾਤ ਦਾਦ ਵਰ ਵੀ ਤੋਬਾ ਕਿ ਹਜ਼ੂਰ ਦੇ ਨੇੜੇ ਆ ਗਈ, ਉਹਦੇ ਚ ਇਮਾਨ ਨਹੀਂ ਜੇ ਰਹਿਣਾ। ਪਹਿਲਾਂ ਇਹ ਮੰਨੋ ਜਿੱਥੇ ਹਜ਼ੂਰ ਨੇ ਉੱਥੇ ਪਲੀਤੀ ਨਹੀਂ, ਜਿੱਥੇ ਪਲੀਤੀ ਉੱਥੇ ਹਜ਼ੂਰ ਨਹੀਂ। ਜਿਹਦੇ ਘਰ ਵਾਲੇ ਹਰ ਪਲੀਤੀ ਤੋਂ ਪਾਕ ਨੇ, ਉਹ ਮੇਰਾ ਨਬੀ ਬਦਰ ਜੇ ਉਲਾ ਹਰ ਪਲੀਤੀ ਤੋਂ ਪਾ ਕੇ ਜਿਸ ਵਤਨ ਚ ਰਸੂਲ ਹੈ ਆ ਵੀ ਪਾ ਕੇ, ਜਿਹਦੀ ਗੋਦ ਚ ਰਸੂਲ ਹੈ ਆ ਵੀ ਪਾ ਕੇ, ਜਿਹਦੇ ਮੋਢਿਆਂ ਤੇ ਰਸੂਲ ਹੈ ਆ ਵੀ ਪਾ ਕੇ। ਸੁਣੋ ਮੈਂ ਕੀ ਆਣਾ ਪਿਆ, ਜਿਹਨੇ ਚੰਦ ਦਿਨ ਦਾ ਰਸੂਲ ਚੁੱਕਿਆ ਹੈ ਆ ਵੀ ਪਾ ਕੇ, ਜਿਹਨੇ ਚੰਦ ਹਫ਼ਤੇ ਚੁੱਕਿਆ ਹੈ ਆ ਵੀ ਪਾ ਕੇ, ਜਿਹਨੇ ਢਾਈ ਤਿੰਨ ਮਹੀਨੇ ਚੁੱਕਿਆ ਹੈ ਆ ਵੀ ਪਾ ਕੇ, ਜਿਹਨੇ ਦੋ ਸਾਲ ਚੁੱਕਿਆ ਹੈ ਆ ਵੀ ਪਾ ਕੇ, ਜਿਹਨੇ ਛੇ ਸਾਲ ਦਾ ਰਸੂਲ ਚੁੱਕਿਆ ਹੈ ਉਹ ਵੀ ਪਾ ਕੇ, ਜਿਹਨੇ 40 ਸਾਲ ਦਾ ਚੁੱਕਿਆ। ਵਾਹ ਵਾਹ ਵਾਹ, ਨਾਰਾਏ ਤਕਬੀਰ, ਨਾਰਾਏ ਰਿਸਾਲਤ, ਨਾਰਾਏ ਤਹਕੀਕ, ਨਾਰਾਏ ਤਹਕੀਕ, ਨਾਰਾਏ ਹੈਦਰੀ, ਨਾਰਾਏ ਗੌਸੀਆ। ਅੱਲਾ ਵਾਸਤੇ ਉੱਚੀ ਬੋਲ ਕੇ ਦੱਸਿਆ ਜੇ ਗੱਲ ਦੀ ਸਮਝ ਆਉਂਦੀ ਜੇ ਬਈ। ਹੁਣ ਤੁਸੀਂ ਕਿਸੇ ਕੋਲੋਂ ਪੁੱਛਣਾ ਹੈ, ਮੌਲਵੀ ਜੀ ਅਹਿਲੇ ਬੈਤ ਦੇ ਹਰ ਪਲੀਤੀ ਤੋਂ ਪਾਕ ਨੇ ਤੇ ਹਜ਼ੂਰ ਦੇ ਮੁਤਲਕ ਕੀ ਅਕੀਦਾ ਜੇ?
ਅਹਿਲੇ ਬੈਤ ਦੇ ਨੇੜੇ ਪਲੀਤ ਨਹੀਂ ਆ ਸਕਦੀ। ਤੁਸੀਂ ਬੜੀ ਮੁਹੱਬਤ ਨਾਲ ਪੁੱਛਣਾ, ਇਹ ਜਿਹੜੇ ਮੌਲਵੀ ਲੜਾਂਦੇ ਲੜਦੇ ਨੇ, ਇਹ ਤੇ ਐਵੇਂ ਚੰਦਿਆਂ ਤੋਂ ਲੜਦੇ ਨੇ ਪੈ, ਮਸਲੇ 'ਚ ਲੜਾਈ ਨਹੀਂ ਹੁੰਦੀ, ਇਹ ਤੇ ਤਬਲੀਗ ਹੈ, ਇਹ ਤੇ ਇਬਾਦਤ ਹੈ। ਕਿਸੇ ਮੌਲਵੀ ਸਾਹਿਬ ਨੂੰ ਪੁੱਛਣਾ ਹੈ, ਯਾਦ ਰੱਖਿਆ ਜੇ ਗੱਲਾਂ ਜੀ, ਅਹਿਲੇ ਬੈਤ ਦੇ ਨੇੜੇ ਪਲੀਤੀ ਨਹੀਂ ਆ ਸਕਦੀ, ਮੌਲਵੀ ਜੀ ਹਜ਼ੂਰ ਦੇ ਨੇੜੇ ਆ ਸਕਦੀ ਹੈ? ਇਹ ਗੱਲ ਯਾਦ ਰੱਖਿਆ ਜੇ, ਕੋਈ ਦੁਨੀਆਂ ਤੇ ਤੁਹਾਨੂੰ ਨਹੀਂ ਮਿਲੇਗਾ ਜਿਹੜਾ ਇਹ ਲਿਖ ਕੇ ਦੇਗਾ, ਉਹ ਤੇ 95 ਸੀ ਲੱਗ ਜਾਣੀ ਹੈ, ਉਹਦੇ 'ਚ ਇਮਾਨ ਨਹੀਂ ਰਹਿਣਾ ਜਿਹੜਾ ਇਹ ਗੱਲ ਕਵੇਗਾ, ਉਹਦੇ 'ਚ ਇਮਾਨ ਵੀ ਨਹੀਂ ਰਹਿਣਾ। ਅਹਿਲੇ ਬੈਤ ਦੇ ਨੇੜੇ ਪਲੀਤ ਨਹੀਂ ਆ ਸਕਦੀ, ਹਜ਼ੂਰ ਦੇ ਨੇੜੇ ਕਿੱਥੋਂ ਆ ਗਈ? ਸੁਣੋ ਮੇਰੀ ਗੱਲ, ਸੁਣੋ, ਮੈਂ ਕੋਸ਼ਿਸ਼ ਕਰ ਰਿਹਾ, ਜਿਹੜਾ ਅੱਲਾਹ ਸਾਰਿਆਂ ਨਾਲ, ਸੁਣੋ ਮੈਂ ਕੀ ਕਹਿਣ ਲੱਗਾ, ਹੋਸ਼ ਨਾਲ, ਅੱਲਾ ਨਹੀਂ ਬਰਦਾਸ਼ਤ ਕਰਦਾ ਮੇਰੇ ਮਹਿਬੂਬ ਦੇ ਜਿਸਮ ਤੇ ਮੱਖੀ ਵੀ ਬਵੇ। ਹੱਥ ਚੁੱਕ ਕੇ ਬੋਲੋ, ਏ ਹਜ਼ੂਰ ਦੇ ਗੁਲਾਮੋ, ਹੱਥ ਚੁੱਕ ਕੇ ਬੋਲੋ, ਤਵੱਜੋ ਹੈ ਮੇਰੇ ਵੱਲ, ਓਏ ਉਹ ਤੇ ਛੋਟੀ ਜਿਹੀ ਮੱਖੀ, ਛੋਟੀ ਜਿਹੀ ਮੱਖੀ ਮੇਰੇ ਵੱਲ ਵੇਖ, ਓਏ ਬੇਲੀਆ, ਮੇਰੇ ਬਜ਼ੁਰਗਾ, ਮੇਰੇ ਬੱਚਿਆਂ ਵਰਗਿਆ, ਮੇਰੇ ਭਾਈਆਂ ਵਰਗਿਆ, ਮੇਰੇ ਵੱਲ ਵੇਖ, ਸੈਯਦ ਦਾ ਹੋਕਾ ਸੁਣੇ ਹੁਸੈਨੀ ਦਾ, ਰੱਬ ਦੀ ਗੈਰਤ ਗਵਾਰਾ ਨਹੀਂ ਕਰਦੀ ਉਹਦੇ ਮਹਿਬੂਬ ਦੇ ਜਿਸਮ ਤੇ ਮੱਖੀ ਵੀ ਬਵੇ, ਉਹ ਤੇ ਏਡੀ ਕੁ ਮੱਖੀ ਨਹੀਂ ਬਹਿਣ ਦਿੰਦਾ ਕਿਸੇ ਬੀਬੀ ਜਾਂ ਬੰਦੇ ਪਲੀਤ ਨੂੰ ਨੇੜੇ ਆਉਣ ਦਿੰਦਾ ਸੀ। ਘਰ ਵਾਲੇ ਤੇ ਹਰ ਪਲੀਤੀ ਦੀ ਬਾਤ ਰਹਿੰਦੀ, ਹਜ਼ੂਰ ਉਹ ਕਿੰਨੀ ਕੁ ਪਾਕ ਮਾਂ ਹੈ ਜਿਹਦੇ ਬਤਨ ਚ ਰਸੂਲ ਹੈ। ਉੱਚੀ ਬੋਲੋ, ਉੱਚੀ ਬੋਲੋ, ਉੱਚੀ ਬੋਲੋ, ਮੈਨੂੰ ਅੱਜ ਤੱਕ ਸਮਝ ਨਹੀਂ ਆਈ ਕਿ ਲੋਕ ਕਬਰ ਨੂੰ ਖਰੇ ਕਿਉਂ ਭੁੱਲ ਜਾਂਦੇ ਨੇ। ਬਰਾਦਰੀ, ਕੁਨਬਾ, ਕਬੀਲਾ, ਯਾਰੀ ਦੋਸਤੀ ਚ ਅਕੀਦਾ ਬਦਲ ਦਿਓ, ਕਬਰ ਚ ਮੈਂ ਤੁਹਾਡੇ ਨਾਲ ਕੋਈ ਨਹੀਂ ਹੋਣਾ, ਸੱਚੀ ਗੱਲ ਮੇਰੀ ਮੰਨਿਆ ਜੇ, ਦੂਜੀ ਨਾ ਮੰਨਿਆ ਜੇ, ਮੈਂ ਤੇ ਇਹਨੇ ਜੋਗੇ ਹੀ ਨਹੀਂ। ਵੀ ਮੈਂ ਇੱਕ ਮਸਲਾ ਬਿਆਨ ਕਰਾਂ, ਗਲਤ ਹੋ ਜੇ ਅੱਲਾ ਮੈਨੂੰ ਮਾਫ਼ ਕਰੇ, ਇੱਕ ਬੰਦਾ ਮੰਨ ਲਿਆ ਤੁਹਾਡੇ ਚੋਂ, ਅਮਲ ਤੁਸਾਂ ਕਰਾਂ, ਲਿੱਤਰ ਕਬਰ ਚ ਮੈਂ ਖਾਣੇ ਨੇ, ਅੱਲਾ ਮਾਫ਼ ਕਰੇ। ਵੇਖੋ, ਵੇਖੀ ਨਹੀਂ, ਮੈਂ ਸਿੱਧੀ ਸਿੱਧੀ ਗੱਲ ਪਿਆ ਕਰਦਾ, ਹਜ਼ੂਰ ਦੇ ਨੇੜੇ, ਹਜ਼ੂਰ ਦੇ ਘਰ ਵਾਲਿਆਂ ਦੇ ਨੇੜੇ ਤੇ ਪ੍ਰੀਤੀ ਨਹੀਂ ਆ ਸਕਦੀ, ਹਜ਼ੂਰ ਦੇ ਨੇੜੇ ਆ ਸਕਦੀ? ਕਮਾਲ ਹੋ ਗਈ ਜੀ, ਮੱਛਲੀ ਜੰਨਤ ਮੇ ਜਾਏਗੀ, ਮੱਛਲੀ ਜੰਨਤ ਮੇ। ਮੈਂ ਆਖਿਆ ਹਜ਼ਰਤ ਸਾਹਿਬ, ਮੱਛਲੀ ਜਿਹੜੀ ਹੈ ਕੋਈ ਇਮਾਮ ਮਸਜਿਦ ਸੀ? ਉਹਨੇ ਆਖਿਆ ਨਹੀਂ ਜਨਾਬ। ਮੈਂ ਆਖਿਆ ਕਿਤੇ ਦਰਸੇ ਕੁਰਾਨ ਦਿੰਦੀ ਸੀ ਕਿ ਬੱਚਿਆਂ ਨੂੰ ਪੜ੍ਹਾਉਂਦੀ ਸੀ? ਨਹੀਂ। ਮੈਂ ਕਿਤੇ ਤਬਲੀਗੀ ਦੌਰੇ ਤੇ ਗਈ ਸੀ? ਉਹਨੇ ਆਖਿਆ ਨਹੀਂ। ਇਸਕੇ ਬਤਨ ਮੇ ਕੁਛ ਵਕਤ ਯੂਨਸ ਅਲੈਹਿ ਸਲਾਮ ਰਹੇ ਹੈ, ਇਸ ਲਈ ਇਹ ਜੰਨਤ ਮੇ ਜਾਏਗੀ। ਮੈਂ ਆਖਿਆ ਮੌਲੀ ਸਾਹਿਬ, ਸੁਭਾਨ ਅੱਲਾ, ਜਿਸ ਮੱਛਲੀ ਦੇ ਬਤਨ ਅੰਦਰ ਯੂਨਸ ਅਲੈਹਿ ਸਲਾਮ ਰਹਿਣ, ਉੱਥੇ ਜੰਨਤ ਜਾਏ, ਉਹ ਇੱਕ ਨਬੀ ਹੈ, ਕੋਈ ਨਬੀ ਕਿਸੇ ਨਬੀ ਵਾਸਤੇ ਨਬੀ ਬਣ ਕੇ ਨਹੀਂ ਆਇਆ, ਮੇਰਾ ਨਬੀ ਤੇ ਨਬੀਆਂ ਦਾ ਵੀ ਨਬੀ ਬਣ ਕੇ ਆਇਆ। ਹੱਥ ਚੁੱਕ ਕੇ ਬੋਲ ਯਾਰ, ਹੱਥ ਚੁੱਕ ਕੇ ਬੋਲ, ਜਿਹਦੇ ਬਤਨ ਚ ਇੱਕ ਨਬੀ ਹੋਵੇ ਉਹ ਮੱਛੀ ਜੰਨਤ ਚ ਜਾਏ, ਤੇ ਜਿਹਦੇ ਬਤਨ ਚ ਸਾਰਿਆਂ ਨਬੀਆਂ ਦਾ ਨਬੀ ਹੋਵੇ। ਸੁਭਾਨ ਅੱਲਾ, ਪਹਿਲੇ ਮਨ ਜਿੱਥੇ ਹਜ਼ੂਰ ਨੇ ਉੱਥੇ ਪਲੀਤੀ ਨਹੀਂ, ਜਿੱਥੇ ਪਲੀਤੀ ਉੱਥੇ ਹਜ਼ੂਰ ਨਹੀਂ। ਫਲਕਸ਼ੇ ਸਾਹਿਬ ਕੱਪੜਾ ਦੇ ਆ ਲਿਆ, ਪਿੰਡ ਚ ਆਇਆ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ, ਤੁਹਾਨੂੰ ਸਵਾਬ ਮਿਲ ਜਾਏਗਾ, ਕੱਪੜਾ ਦੇ ਹੜਿਆ ਲਿਆ। ਮੇਰੇ ਵੱਲ ਵੇਖੋ, ਉਹ ਬੇਲੀਓ, ਇੱਕ ਮੁੰਡੇ ਨੇ ਕੀਤਾ ਕੁਰਾਨ ਹਿਫਜ਼, ਸਲਾਨਾ ਜਲਸਾ ਆ ਗਿਆ ਮਦਰਸੇ ਦਾ, ਕਿਉਂ ਜੀ ਪੀਰ ਜੀ, ਉਹਨੂੰ ਪੰਦ ਨੇ ਪੱਗ, ਉਹਨੇ ਸੁਭਾਨ ਅੱਲਾਹ, ਆ ਵੇਖੋ ਨਿੱਕਾ ਜੇ ਮੁੰਡੇ ਨੇ ਕੁਰਾਨ ਹਿਫਜ਼ ਕੀਤਾ, ਇਹਦੀ ਮਾਂ ਨੂੰ ਵੀ ਨੂਰ ਦਾ ਤਾਜ ਮਿਲੇਗਾ, ਇਹਦੇ ਪਿਓ ਨੂੰ ਵੀ ਨੂਰ ਦਾ ਤਾਜ ਮਿਲੇਗਾ। ਅੱਲਾਹ ਕਰੇ ਕੁਰਾਨ ਪੜ੍ਹਨ, ਅਮਲ ਕਰਨ ਤੇ ਨੂਰ ਦੇ ਤਾਜ ਮਿਲਣ। ਤੇਰਾ ਮੁੰਡਾ ਕੁਰਾਨ ਪੜ੍ਹੇ ਸਦੀਆਂ ਤੋਂ ਬਾਅਦ, ਉਮਤੀ ਦਾ ਮੁੰਡਾ ਕੁਰਾਨ ਪੜ੍ਹੇ ਤੇ ਮਾਂ ਨੂੰ ਵੀ ਨੂਰ ਦਾ ਤਾਜ ਮਿਲੇਗਾ ਤੇ ਪਿਓ ਨੂੰ ਵੀ ਨੂਰ ਦਾ ਤਾਜ ਮਿਲੇਗਾ। ਤੇ ਜਿਹਦਾ ਪੁੱਤਰ ਕੁਰਾਨ ਵਾਲਾ ਹੋਵੇਗਾ, ਹੱਥ ਚੁੱਕ ਕੇ ਬੋਲੋ ਜਿਹੜੇ ਮੰਨਣ ਵਾਲੇ ਬੈਠੇ ਹੋ,
सोचो तो सही, हजूर दे वालदेन ते फतवे ला के सुनो ते उम्मीद रखनी हजूर मेरी शिफात फरमा देंगे, तेरे मां बाप नु कोई बुरा आके तू लड्डू खवाएगा तो बोल तो छोड़ दो, उनु काट कर लेगा दावत खा ला कलित्र मारेगा, तीन तेरे मां बाप की कोई गल करे ते तू लित्र फड़ लेगा ते हजूर नु की समझ ना, वेखी कि जे हजूर ने मुंह फेर लिया तो किसी तेन पहचाना नहीं होना, यह बरादरी कुनबा कबीला मौलविया पीर तेरे नाल नहीं होना, सा उथे कले होना ही इनी कु थी नारे मारे सब बाबे फरीद दे, कभी बाबे फरीद का कलाम भी सुनने जे कभी समझ जे फरीद नु मकाम मिलया कि मेरे फिर नारे मार रहे, यही तो फरीद आता भाई जी मैं कबर की गल की है, फरीदा दा टुरिया टुरिया जा, फरीदा टुरिया टुरिया जा, टुरिया टुरिया जा, फरीदा टुरिया टुरिया जा, टुरिया टुरिया जा, फरीदा टुरिया टुरिया जा, इत्थे दिल ना ला फरीदा किसे नाल वफा नहीं की दुनिया बे इतबारी, किसे ना किसे ना किसे नाल वफा नहीं की दुनिया बे इतबारी, इत्थे किसे दे पैरी लगे सब टुर गए वारी वारी, फरीदा ओ फरीदा टुरिया टुरिया जा, चिट्टे वाल आवे ना बाबा फरीद रो पे, उठ फरीदा सुतिया फरीदा, जिन्हें उच्ची सुबान आख्या ते परचा हो जाना गे, मर जो इंज बैठे जो अमानत रख गया तन थे, मैं सब प्यार ने गल समझावा, मैं वो सलामी भाई साडा भी सलाम नाल ही चल के पड़े बोलो, उठ फरीदा सुतिया उठ फरीदा, हाँ उठ फरीदा सुतिया ते डाली लगदी फरीदा, डाली लग गई बूर 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 बूर, उठ फरीदा सुतिया ते डाली लग गई बूर, अद्धा नेड़े आ गया दूर फरी, ए वेला याद रख के अकीदा बनाया करो, एक मसला मैं गलत किया तुहाडे चो एक बंदे भी मान लिया ना तो कबर च उत्तर मेनू पैने ने पैना, ये ज़हन च गल बहा के जाया जे सैयद जो तुहानू सुनांदा है सच सुनांदा है, सच्ची गल ठुकराना चाहिदा, तकी कर लो पुछ लो फिदा शाह ने गल की तेरा तू लिख के दे हमला मेरे जो कुछ प्रचन होया तां कि ओ जिहड़े कर रहे हो पलीती तो पाक ने ते जिहदे सदके घर वाले नूं इह मकाम मिले ओ नबी आप किन्ना कु पाक होवेगा, बल्कि सुनिए हजरत तवज्जो
नबी जिहड़ा हुंदा ना नबी वो आ के नहीं मंगदा। पहली तो ज़हन च ये गल रखिया करो कि आ जिहड़ा ना भी वेखो वेखी लोग किताबां पता नहीं कित्थों पढ़ लईआं लोकां ने वही आई तो नबी बन गया, वही आई तो नबी बन गया, वही आई तो कड़ी आया था तर्जमा वही आई तो नबी बन गया जबरील सलाम आए ने कि नहीं, रब का पैगाम लैके आए ने कि नहीं, क्या नबी ने नबिया ते वही आई है जिदे ते वही आए ओ नबी होए जरूरी नहीं नबी भैया नाल ही बनदा नबी आलमे रवात भी नबी हुंदा है नबी मां दे पटच भी नबी हुंदा है यो रब दी मर्जी है भावे पंगूड़े चो ऐलान करवाए ते भावे 40 सालां तो बाद ऐलान करवाए सुभान अल्लाह वाह वाह नबी को आम बच्चा नहीं कि जिनु एवरीडे घोल के लियो तो पी छड्डे मिल्क पैक लियो तो पी छड्डे जी गाय भैंस बकरी भेड़ ऊंटी ना दियो पी छड्डे अन्नबी अल मुखबर अन्नबी अल मुखबिर अन्नबी अल मुखराज अन्नबी अल साहिर नबी ते पलीत दाई दा दूध भी नहीं पींदा तू मां दी गल पिया कर रहा है किनिया दाइया आईया मूसा अलैहि सलातो वसलाम वास्ते मां बैठे ने पीता बैठे ने नबी ने दूध पीता बोलो मिनहुम मन कल्लम अल्लाह जिदा दर्जा है वरफा बाद दर्जात किताबा पढ़ो नौ दाइया आईया बोलो किनिया उची बोलो नौ अल्लाह की कसम तेरे ते मेरे आका ने मिलाद मनाने वाले सुन वाले मेरे नबी ने अख नहीं खोली मेरे नबी ने तवज्जो नहीं की थी। और कोई आने वाली पलीत दाई मेरे नबी दे कंबल नूं हाथ नहीं ला सकी ते जदों आई है ना पाक सईद अली ने फरमांदियां ने मैं पिछे रह गई मैं हाली होली मक्के पहुंची मेरे दाइया बच्चे लेके जा रही मेरी अखा चो आंसू आ गए घर आईया दूरों आईया सबर करके आईया घर गरीबी है कैसा लिए और एक बच्चा मिले या ना मिले मेरे आंसू आए कि आतम की आवाज आई नीना 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 ना इशारे वेखे नी वो लजपाल तेरा इंतजार पिया करदा फरमांदी ने मैं पता लगा के हजरत अब्दुल मुत्तलिब रजी अल्लाह तआला मिले आ फरमांदे आ जा मेरे मगर मेरे और देखो फरमांदी ने मैं जा रही हां अगे हजूर दा बुआ आ गया सरकार दा दर आ गया अल्लाह तनु हर उम्रे नसीब फरमाए अजे भी मक्के ओ घर मौजूद है उथे एक लाइब्रेरी बनी है अगे हजूर दा दर आ गया मंदिर गई अगे नबी पाक दी वालदा तैयबा ताहिरा सैयदा इमना पाक मैं दा बजा लाई तवज्जो अज कीती बीबी पता लगा इथे बच्चा जेड़ा तुसी गऊ भेजना चाहंदे हो फरमाया हां हलीमा पाक फरमांदी महाराज कीती बीबी पाक दी इजाजत देवे तेरे मैं बच्चे दी ज़ियारत कर लवां तेरे बच्चे नु वेख लवां फरमाया वेख लै आ फरमांदी मैं दरवाजा खोलिया बिनी बिनी खुशबू खुशबूआं दे हुल्ले जी बोलो या रसूल अल्लाह या अली या रसूल अल्लाह सल्लल्लाहु अलैहि वसल्लम ए मैक बंद कर दे मैक बंद कर दे ए मैक बंद कर दे एक सांझे खाते सुभान अल्लाह ऊपर लगदा है किताबा जांदा सफेद रंग दा ऊनी कंबल थल्ले धारीदार लीमा फरमा दिया ने मैं होली होली अल्लाह तेनु मदीने पाक खड़े मुसलमाना ते सदियां बाद जदों जाईदा ना वजीर आजम हाउस च भी उस स्कूल कोई नहीं हो जदों जदों
पांच छे मिनट लगते ने मदीना शरीफ एयरपोर्ट तो निकलिए ना बाहर ते और नजर आ गया वह मैं बयान नहीं कर सकता अल्लाह तुहानू खड़े जिहड़े गए ने उन्होंने पूछो बस सदियां बाद मजार वेखी है ते सरकार वेखण तुरी है फरमादियां ने मैं होली होली करीब गई बंद कर होली होली नेड़े हो के बाकी जड़िया गई ने उन्हें कंबल हाथ ला सकती दूजिया गई ने अदू ने तवज्जो नहीं की हलीमा पाक ने कंबल आया माजाक के डोरिया वाली अख हजूर ने खोली हलीमा पाक फरमांदी ने मैं हजूर की जियारत की हजूर ने मेरे ते निगाहे करम की के मेनू वेख के हजूर मुस्कुराए हलीमा फरमांदी ने मेनू अल्लाह की इज्जत की कसम जो हजूर मुस्कुराए मेनू हर पासे नूर ही नूर पिया नजर आंदा हर पासे नूर ही नूर नाले चुमनिया नाले चुमनिया नाले घुट घुट के सीने ना लानिया बुढ़ापा खत्म जवानी आ गई मेरा मत्था भी चंबड़ लग पिया मैं चुमदी चुमदी बाहर आई नाले चुमनिया ममदारी दोरी दा पंजाबी शेर पढ़ लगा ने सारे पढ़े आजे नाले चुमनिया नाले सीने ना लानिया नाले आनिया में मेरा चैन ते करार सुने जेड़े नाथ का मेरे पुत्र फीस भी ला मेरे नाल पढ़िया दे तू ही मेरा चैन ते करार सुने पढ़ो तू ही साडा चैन माशाल्लाह माशाल्लाह ऐ मजे नाल पढ़ जब बैग च पढ़ ला करार सुनिया पढ़ो तू साडा चैन ते करार सुनिया साडा चैन साडा चैन ते करार सुनिया ए तेरे नाल वसदी बहार सुनिया तेरे नाल वसदी बहार सुनिया पढ़ो तू ए साडा बहार सुनिया पढ़ो तू साडा चैन ते करार सुनिया जिस तरफ चुकी दम में दम आ गया मेरे देखो तेरा ही ख्याल और जेड़ा हुजूर ने नजर करम की थी ना जिस तरफ उठ गई तेरा ही ख्याल तेरा ही ख्याल मेरे दिल उते छा गया तेरी अख दा इशारा साडी जिंदगी बना गया नाथ खानो मौलवी ओ पीरो समझो मैं किया ना बना साडे नाल दे बंदे रेड़ियां लांदे फिरदे ने तेरा ही ख्याल तेरा ही ख्याल साडे दिल उते
ਤੇ ਸਾ ਗਿਆ ਤੇਰੀ ਅੱਖ ਦਾ ਇਸ਼ਾਰਾ ਸਾਡੀ ਜ਼ਿੰਦਗੀ ਬਣਾ ਗਿਆ ਜੀਵੇ ਤੇਰੀ ਅੱਖ ਦਾ ਖੁਮਾਰ ਸੋਹਣਿਆ ਜੀਵੇ ਤੇਰੀ ਅੱਖ ਦਾ ਖੁਮਾਰ ਸੋਹਣਿਆ ਬਸ ਜੀਵੇ ਤੇਰੀ ਅੱਖ ਦਾ ਖੁਮਾਰ ਸੋਹਣਿਆ ਤੇਰੇ ਨਾਲ ਵਸਦੀ ਬਹਾਰ ਸੋਹਣਿਆ ਤੂੰ ਏ ਸਾਡਾ ਚੈਨ ਤੇ ਕਰਾਰ ਸੋਹਣਿਆ ਸਾਡਾ ਚੈਨ ਵਸੇ ਤੇਰਾ ਸੋਹਣਾ ਦਰਬਾਰ ਸੋਹਣਿਆ ਵਸੇ ਤੇਰਾ ਸੋਹਣਾ ਦਰਬਾਰ ਸੋਹਣਿਆ ਤੇਰੇ ਨਾਲ ਵਸਦੀ ਬਹਾਰ ਓਏ ਨਬੀ ਤੇ ਪਲੀਤ ਦਾਈ ਦਾ ਦੁੱਧ ਨਹੀਂ ਪੀਂਦਾ ਪਹਿਲੇ ਮਨ ਜਿੱਥੇ ਹਜ਼ੂਰ ਨੇ ਉੱਥੇ ਪਲੀਤੀ ਨਹੀਂ ਲਿਆਓ ਕੁਝ ਦੁਨੀਆਂ ਤੇ ਮੁਸਲਮਾਨ ਅੱਲਾਹ ਮਾਫ਼ ਕਰੇ ਤੂੰ ਕਵੇਗਾ ਨਹੀਂ ਗੱਲ ਕਿਹਾਲੇ ਬੈਤ ਤੇ ਹਰ ਪਲੀਤੀ ਤੋਂ ਪਾਕ ਨੇ ਤੇ ਮਾਦ ਅੱਲਾਹ ਡਰ ਆਉਂਦਾ ਮਸਲਾ ਬਿਆਨ ਕਰਨ ਲੱਗਿਆ ਵੀ ਮੇਰਾ ਮਕਸਦ ਸਮਝਾਉਣਾ ਕੋਈ ਲਿਖ ਕੇ ਦੇਵੇ ਨਾ ਮੈਨੂੰ ਕਿਹਾਲੇ ਬੈਤ ਦੇ ਨੇੜੇ ਪਲੀਤੀ ਨਹੀਂ ਜਾ ਸਕਦੀ ਜੇ ਹਜ਼ੂਰ ਦੇ ਨੇੜੇ ਜਾ ਸਕਦੀ ਹੈ ਲਿਖੇ ਆ ਜੇ ਮੈਂ ਪੁੱਛਦੇ ਤੂੰ ਪਰਚਾ ਨਾ ਕਰਾ ਤੇ ਤਾਂ ਕਿਹਾ ਇਮਾਨ ਤੇ ਉਹਦੇ ਚੜ੍ਹਨੀ ਕੋਈ ਨਹੀਂ ਪਹਿਲਾਂ ਇਹ ਮਾਨੋ ਜਿੱਥੇ ਹਜ਼ੂਰ ਨੇ ਉੱਥੇ ਪਲੀਤੀ ਨਹੀਂ ਜਿਹੜੇ ਹਜ਼ੂਰ ਦੇ ਘਰ ਚ ਨੇ ਉਹ ਹਰ ਪਲੀਤੀ ਤੋਂ ਪਾਕ ਨੇ ਤੇ ਜਿਹਦੇ ਵਤਨ ਚ ਰਸੂਲ ਹੈ ਜਿਹਦੀ ਗੋਦ ਚ ਰਸੂਲ ਹੈ ਜਿਹਦੇ ਮੋਢਿਆਂ ਤੇ ਰਸੂਲ ਹੈ ਵਾਯੂ ਜ਼ਕੀ ਹਿਮ ਕੁਰਾਨ ਦੇ ਲਫ਼ਜ਼ ਵਾਯੂ ਜ਼ਕੀ ਹਿਮ ਵਾਯੂ ਜ਼ਕੀ ਹਿਮ ਵਾਯੂ ਜ਼ਕੀ ਹਿਮ ਮੇਰਾ ਨਬੀ ਤੇ ਪਾਕ ਕਰਨ ਵਾਲਾ ਹੈ ਜਿਹੜਾ ਨੇੜੇ ਲੱਗੇ ਤੇ ਪਾਕ ਕਰ ਛੱਡਦਾ ਉਹ ਆਪ ਕਿੰਨਾ ਕੋਈ ਪਾਕ ਹੋਵੇਗਾ ਇਹ ਮਸਲਾ ਦੇ ਰੱਖਿਆ ਜੇ ਜਿੱਥੇ ਹਜ਼ੂਰ ਨੇ ਉੱਥੇ ਪਲੀਤੀ ਤਿੰਨ ਵਾਰੀ ਬੋਲੋ ਤਿੰਨ ਵਾਰੀ ਔਰ ਯਾਦ ਰੱਖਿਆ ਜੇ ਕਿਸੇ ਨੂੰ ਪੁੱਛਿਆ ਜੇ ਵੀ ਪਿਆਰ ਦੇ ਨਾਲ ਪੁੱਛਿਆ ਜੇ ਹਜ਼ੂਰ ਦੇ ਨੇੜੇ ਪਲੀਤੀ ਆ ਸਕਦੀ ਹਜ਼ੂਰ ਹਰ ਪਲੀਤੀ ਤੋਂ ਪਾਕ ਘਰ ਵਾਲੇ ਹਰ ਪਲੀਤੀ ਤੋਂ ਪਾਕ ਔਰ ਹਜ਼ੂਰ ਬਦਰਜੇ ਉਲਾ ਹਰ ਪਲੀਤੀ ਤੋਂ ਇਹ ਗੱਲ ਯਾਦ ਰੱਖਿਆ ਜੇ ਮੈਂ ਅੱਗੇ ਅਰਜ਼ ਕੀਤਾ ਉਹ ਤੇ ਏਡੀ ਮੱਖੀ ਨਹੀਂ ਨੇੜੇ ਆਉਣ ਦਿੰਦਾ ਜਿਹਦੇ ਵਤਨ ਚ ਰਸੂਲ ਹੈ ਜਿਹਦੀ ਗੋਦ ਚ ਰਸੂਲ ਹੈ ਜਿਹਦੇ ਮੋਢਿਆਂ ਤੇ ਰਸੂਲ ਹੈ ਇੱਕ ਛੋਟਾ ਮਕਾਮ ਨਹੀਂ ਸੁਣੋ ਮਸ਼ਰਕ ਤੋਂ ਲੈ ਕੇ ਮਗਰਬ ਤੱਕ ਸ਼ਮਾਲ ਤੋਂ ਲੈ ਕੇ ਜਨੂਬ ਤੱਕ ਕੋਈ ਗੋਰਾ ਕਾਲਾ ਅਰਬੀ ਅਜਮੀ ਹਰ ਮੁਸਲਮਾਨ ਨੂੰ ਇਹ ਗੱਲ ਮੰਨਣੀ ਪੈਣੀ ਹੈ ਔਰ ਪੂਰੀ ਮਿਲਤ ਇਸਲਾਮੀਆਂ ਦਾ ਇਸ ਗੱਲ ਤੇ ਇਤਫਾਕ ਹੈ ਇਹ ਮੇਰੀ ਗੱਲ ਸਮਝੋ ਗੌਰ ਨਾਲ ਇਹ ਸਮਝ ਕੇ ਮੈਂ ਸੰਗਤ ਪੂਰੀ ਤਕਰੀਰ ਸਮਝ ਗਏ ਅੱਗੋਂ ਤੇ ਮੈਂ ਫਜ਼ਾਇਲ ਸ਼ੁਰੂ ਕਰਨ ਲੱਗਾ ਤਵਜੋ ਕਰੋ ਅਮਰਾਲ ਵੇਖੋ ਅੱਲਾਹ ਤੁਹਾਨੂੰ ਹਜ ਤੇ ਉਮਰੇ ਨਸੀਬ ਫਰਮਾਏ ਅਮਰਾਲ ਵੇਖੋ ਉਹ ਉੱਤੇ ਸਬਜ਼ ਗੁੰਬਦ ਅਮਰਾਲ ਵੇਖੋ ਯਾਰ ਫਿਰ ਉਹ ਜ਼ਮੀਨ ਦਾ ਟੁਕੜਾ ਜਿੱਥੇ ਇੰਜ ਨਬੀ ਪਾਕ ਦਾ ਜਿਸਮੇ ਪਾਕ ਇੰਜ ਹਰ ਮੁਸਲਮਾਨ ਦਾ ਅਕੀਦਾ ਹੈ ਉਹ ਜ਼ਮੀਨ ਦਾ ਟੁਕੜਾ ਕਾਬੇ ਤੋਂ ਵੀ ਆਲਾ ਹੈ ਤੇ ਅਰਸ਼ ਤੋਂ ਵੀ ਆਲਾ ਜਿਸ ਜ਼ਮੀਨ ਦੇ ਟੁਕੜੇ ਤੇ ਜਿਸ ਜ਼ਮੀਨ ਦੇ ਟੁਕੜੇ ਤੇ ਹਜ਼ੂਰ ਦਾ ਜਿਸਮ ਹੈ ਉਹ ਕਾਬੇ ਨਾਲੋਂ ਤੇ ਅਰਸ਼ ਨਾਲੋਂ ਜ਼ਮੀਨ ਦਾ ਟੁਕੜਾ ਤੇ ਆਲਾ ਹੈ ਤੇ ਜਿਹਦੇ ਵਤਨ ਚ ਰਸੂਲ ਹੈ ਜਿਹਦੀ ਗੋਦ ਚ ਰਸੂਲ ਹੈ ਜਿਹਦੇ ਮੋਢਿਆਂ ਤੇ ਰਸੂਲ ਹੈ ਜਿਹੜਾ ਰਸੂਲ ਦੀ ਗੋਦ ਚ ਜਿਹੜਾ ਰਸੂਲ ਦੇ ਮੋਢਿਆਂ ਤੇ ਵੇ ਉਹ ਜ਼ਮੀਨ ਦਾ ਟੁਕੜਾ ਹੈ ਇਧਰ ਫਰਮਾਇਆ ਫਾਤਮਾ ਬਿਦਾ ਤੋਂ ਮਿੰਨੀ ਫਾਤਮਾ ਮੇਰੇ ਜਿਗਰ ਦਾ ਟੁਕੜਾ ਹੈ ਉਹ ਜ਼ਮੀਨ ਦਾ ਟੁਕੜਾ ਹੈ
इधर फरमाया लहमो का लहमी जिस्मो का जिस्मी इधर जमीन का टुकड़ा है उधर फरमाया सुनो मिन्नी हुसैनो मिन्नी ये जमीन का टुकड़ा लै के नबी दे वालदैन किने कुआला ने हसाबे रसूल किने कुआला ने अजवाजे रसूल किने कुआला ने मौला अली किने कुआला ने तारा पाक किने कुआला ने हसन हुसैन ये इन्ने आला ने तेनू मेनू समझ नहीं आनी ये इन्ने आला ने शान देन वाला जाना या शान लैन वाले जा भाई मैं एक तरीका दसिया नारा मारन दा माशाल्लाह ठीक है इंज ना नारा मारो इंज फिर लब्बाई खोलिए एक बंदा उठ के खलोजे करे लब्बाई अगो आवाम सड़ी आके या रसूल अल्लाह उठ के आ तिंदरी आख या रसूल अल्लाह उची बोलो ऐ ठीक नहीं मैं हर जगह नहीं दसना पिया वो दें जी जिन्हें टेप का बटन दबा दिया नारा मारन का तरीका आई लेकिन मैं तुझे हाथ चुक के आखना या रसूल अल्लाह मैं भी नारा लब्बाई सारे तो शामिल होने चंगा टेलर ना लो हजूर का ना लेना कोई छोटी गल है गल दी समझ आउंदी जी जो बयान करना पिया पहले मनो जिथे हजूर ने उथे पलीती जिथे पलीती उथे हजूर जेड़ा आखे आ पलीत दिया पाक नु आ दे लिख के फिर तनु किसे नहीं लिख के देना फिर मन लिया जे एवें टुकर दे रौला है मेरे आका नु रब ने शान दी है जेड़ा नेड़े आया उन्हें पाक कर छड़िया है बल्कि इंज कर फरमाया अल्लाह ने तेरे घर दे मैं कर छड़े जेड़ा तेरे नेड़े आंदा तू ही करी आ मिलियो मेरा पैगाम याद रखिया जे मेरी मेरा पैगाम याद रखिया जे जिंदगी च जिन्नू मनदे हो ना हजरत बड़ी तवज्जो ओ बेटा ओ मेरी गल सुनो जिन्हू मनते हो ना उसकी रज के तारीफ करया करो सुनो मैं की कहन मेरा पैगाम जे गली गली जिन्हू मनते हो उसकी रज के तारीफ करया करो जिन्हू नहीं मनते बेदबी ना करया करो क्योंकि सारिया निस्बतां ने हजूर दियां हजूर की निस्बत ना हो तो कुछ भी नहीं तुहानू गल समझ नहीं आती मैं की कहना पाया मरकज ते हजूर दी ज़ात है ते साडे ईमान दा मरकज हजूर दी ज़ात है हर मुसलमान दी मोहब्बत दा मरकज ईमान दा मरकज इश्क दा मरकज हजूर दी ज़ात है जदों हजूर नाल इश्क कर लेगा ना तू बेअदबी करनी ही नहीं तुहाडी जाने बड़ा मखी पिया ना ओ पीर जी तुहाडे मनण वाले तुहाडे मां-बाप नूं बुरा कहणगे बोलो ना इन्हां नूं मनण वाले इन्हां दे मां-बाप नूं बुरा कहणगे इन्हां नूं मनण वाले इन्हां दे बच्चिआं दे दुश्मण होणगे इन्हां दे मनण वाले दे घरदिआं नूं गालां कढणगे इन्हां दे मनण वाले दे लागदिआं नूं गालां कढणगे इह ला लैण लई तेरा बेड़ा गर्क वड्डा मुरीद चवलना होवे ते निकल जा इत्थों जे मेरा हया करदा ते मापे मेरे सन बच्चे मेरे सन घरदे मेरे सन लगदे मेरे सन जे मेरा हया करदा इन्हां दा इहतराम करदा जे मदीने वाले दा हया कर लई असहाबे रसूल अजवाजे रसूल गुलाबे रसूल ओए अहले बैते रसूल ओए ना बोली ना बोली हजूर नु बारे च नहीं हो ये बख्शना ही ना ये जन्नत लेनी या हजूर नु राजी करना ही ते मदीने दी मिट्टी नु भी खा के शबा मनया सुभान अल्लाह आसाना आलिया मदीना शरीफ जिंदाबाद आसाना आलिया मदीना शरीफ आसाना आलिया मदीना शरीफ मदीने दी मिट्टी दी भी धोई ना करी गुबारुल मदीना शफा मेरे अखबार ने दसिया ये तू अगर ना जाई सोनिया तुझ से दर दर से सग सग से है निस्बत मुझको मेरे गले में भी है दूर का डोरा तेरा अदब च रही मेरे पीर शेरे रबानी रहमतुल्लाह अलैह संत दसिया बेलियो कद्दू नहीं कहना
कद्दू शरीफ कहना है। अकाबर लिख देने के जिन्हों नहीं ना पसंद ना खाए नहीं दिल करता किसी ने ना ये ना खो मैनू पसंद नहीं क्योंकि सब्जी हजूर ने पसंद की थी है। बेअदबी ना करी वो साई मस्ताना पढ़ता हुंदा सी तेनू चुम चुम ऐ सुनिया दा सीधा ऐ अदब तेनू चुम चुम अखां दे नाल लावा सिदकड़े जावा नी मिट्टी ए मदीने दी अलो तेनू चुम चुम अखां दे नाल अल्लाह तुहाडे नसीबां चुण हाजरियां बोलो मदीने जाओ तेनू चुम चुम तेनू चुम चुम अखां दे नाल नी मैं मिट्टीए मदीने नी मैं नी तेनू चुम चुम अखां दे नाल लावा सिदकड़े जावा नी मिट्टीए मदीने दीए तेनू अखां दा सुरमा बना नी मैं जेड़े गुलाम रसूल अल्लाह दे असी गुलाम
अज वह गल्लां लोग करदे जिन्हें पता ही कौन वुज़ू किवें करीदा। खुदा का खौफ होना चाहिए। अच्छा एक गल होर तुहानूं वंड दी दस छड्डा कुरान के मुताबिक। मैं तो कह रहा तकरीर हो रही है, तुहानूं अल्लाह की कसम है मुहब्बत ना पुछनी है, मैं तुहाडी मिहनत करना पुछनी है। किसी मौलवी साहब नूं पुछ एक कुरान की आयत पढ़, एक जिहदे तर्जमा यह होवे कि हज़ूर दे वालदे ने मुसलमान नहीं, एक आयत पढ़ जा, पढ़ कित्थे लिखिआ है उस्माने गनी मौला अली मौला हसन हुसैन दी तोहीन होए। एक कैद पढ़े ना, एक कैद पढ़ो जिहदे च हजूर दी औलाद दी तोहीन होए। खुदा दी कसम कुरान पढ़ कि तेरा फरमान अल्लाह कितर कुल्ला सालुकुम ले अजरन इल्ला मुवद्दत फिल कुरबा। कितना फरमांदा इन्नमा युरीदुल्लाह युज़िबानकुम रिज़्ज़ा अहलल बैत व युतहिरकुम तुतहीरा। कितने उस्माने गनी दी वारी आई मोहब्बत बैत कीती, रब ने फरमाया लक़द रज़ियल्लाहु अनिल मोमिनीना इन युबायउना का ताता शजरा। कि उमर ने कलमा पढ़िया, पहले ने 39 हुण होए ने 40, रब ने फरमाया या अय्युहन नबी हस्बुकल्लाहु फमन तबाअका मिनल मोमिनीन। उधर जो चुक के खड़िया फरमाया सानिया सुनाई ने इज़ हुमा फिल ग़ार इज़ यकूनु निसाहिबही ला तहज़न इन्नल्लाह माना। बीवी ना निकाह कीता फरमाया अन्नबी औला बिल मोमिनीना मिन अनफुसहिम व अज़वाजुहु उम्महातुहुम। कुरान च शाना ने। अच्छा कोई हदीस ही बखा दियो, एक हदीस एक जिदे च नबी पाक की अजमत ते शान तो बाद किसे वालदैन दी कोई न होवे, किसे साहबी दा कोल बखा दियो। अबू बकर उमर उस्मान मौला अली हसन हुसैन की तोहीन होवे, अज़वाज दी होवे। खुदा दी कसम ना कुरान अंदर मौजूद है ना हदीस अंदर मौजूद है। तवज्जो नाल सुनन वालेओ, सही दे चक्क वालेओ, एक पासे एक लख नहीं एक करोड़ किताब होवे। तवज्जो करो, सच्ची गल दी मैं करिया जे झूठी दी ना करिया जे मरने कबरे पैणा। एक पासे एक करोड़ नहीं एक अरब किताब होवे, उन्हां कुछ होर लिखिया होवे ते कुरान च कुछ होर होवे, हदीस च कुछ होर होवे, किहदी गल मन्नोगे? हाथ चुके बोलो जी दाखी ले जा सारिया किताबा। सारी दुनिया दी किताबा झूठी हो सकदियां ने, ना अल्लाह दा कुरान गलत हो सकदा, ना हजूर दा फरमान गलत हो सकदा। अजे तो मैं एक दो दो आयतां पढ़ना पिया मिलियो। लोकी जो पूरे ते बैठे मसले शुरू कर लैंदे ने, मैं गल ते नहीं कड्डी किसे ने, बुरा तो नहीं बोलिया, ये शान दसना पे या तबलीग करना पे? पूरे से बैठिया गल्लां करन लग पैंदे ने, गड्डी से बैठिया मसले शुरू कर लैंदे ने, प्रौणा लेट आ गया नींदना एक मसला शुरू कर लैंदे ने। जिंदगी जो मसला बयान ना करी तुम पता ना हो। एक जुमला कहन लगा मैं वजाहत दी नहीं करनी, फिर टाइम लगेगा, पर सुन लिया जे बंदे नूं पता भी नहीं लगता तो कख कंडा नहीं रह जाता। ऐसे जुमले निकल जाते हैं, उस वे तो बचना चाहिए मैनू भी, तुहानू भी, हर मुसलमान नूं। बंदे नूं पता भी नहीं लगता तो तीला नहीं रह जाता, बंदे नूं पता भी नहीं लगता अदब वाली गल कर जांदा तो रब दी रहमत हो जांदी ने। असीं हजूर दे गुलाम, हजूर दी हर निस्बत नूं साडा सलाम। ढोला सलाम ढोला, इक तेरे दम बदले वे मैं नौकर सारे घर दी, इक तेरे दम बदले मैं सारे टबर दी गोली, इक तेरे दम बदले मैं सारे टबर दी गोली, इक तेरे दम बदले उच्चा कदी नहीं बोली, वे मैं उच्चा कदी नहीं बोली, इक तेरे दम बदले मैं सारे टबर दी। वालदैन हजूर दे ने, साहब हजूर दे ने, अजवाज हजूर दियां ने, औलाद हजूर दी है। जिन्हों मनना मन्नी जाया कर, ਵੇਦ ਵੀ ਨਾ ਕਰਿਆ ਕਰ ਇਤਰ ਖਾਣਾ ਕੰਮ ਨੇ।
ये सरकार ने मुंह फेर लिया तो किधर जाओगे? डरो उस वेले को, मैं भी तो तुसी भी गलत मसले बयान करने वाले भी डर। एक भी किया तो सामने इत्र मैं खाने ने कबर को डर के मसले बयान करने चाहिए। टुकर लग जाने जो नसीबा जो है खलों तो लड़ा लड़ा के लोगों का बेड़ा गर्क करी आते रहे। चंदे तो लड़ा लड़ा के दहशतगर्दी अरूज मिल गया। दुआ करो अल्लाह इन्हें दहशतगर्द का बेड़ा गर्क करे, अल्लाह इन्हें खाना खराब करे, अल्लाह मेरे मुल्क को अमन का गहवारा बनाए, अल्लाह मेरे मुल्क को ता कयामत शाह पे आबाद रखे, अल्लाह सानू सारे आपस मुहब्बत नाल प्यार नाल रहन दी तौफीक अता फरमाए। मसला ते होया ते लड़ाण वाले केड़े आए सन? इन्हां पैसे लैण सन लड़ाण दे। तुसीं उंज गौर नहीं करदे, मैनूं 40 44 साल हो गए तकरीरां करदे आं, निक्के निक्के बाल मेरे सामने बुढ़े हो गए, मैं ला लूं फिर जवान हो जाऊं। तुहानूं उदों पता लगा बुढ़े तों फड़ के चाड़े ने फट्टे ते उदों पहलां नहीं लगण दिंदा। तवज्जो है जे, कदी सुजुकी कदी करोला कदी चलदी कुछ नजर नहीं आ, सानू वध लभ के नवी कढ़ा लई ते छिया महीने मैं तुहाडे कोल आवां। मेरे थले लैंड क्रूजर होवे, एक डबल कैबन पिछे होवे, एक अग पिछे होवे, दस दस बंदे विच चौन असले वाले ते झले ओ सोचे आ जे फिदा हुसैन शाह कित्थों लै ने। तू 10,000 ते नौकर रखना कम नहीं लैंदा, जिन्हां म्याणियां नूं करोड़ां रुपये महीना पै दिंदे ने उन्हां कम नहीं लैणा? पाचू ना मोरिया को जल्दे तेन लड़ाते हर जगह मौजूद नहीं, वो दे मगर लागो जरा तेन मदीने राह पाना पे जेड़ा तेन मैनू अज तक समझ नहीं आई कोई कुछ आंदा पे। अगले दिन मैं एक तकरीर सुनी जी, ना उन्हें पढ़िया कुरान ना उन्हें पढ़ी हदीस, ऐसे तबलीक बात कर रहा मैं कभी कभी तुहीन गाला नहीं कभी कितिया ऐसे तबलीक। अच्छा मैं जो हस पिया भी हाल इन्हें की आख्या है ना कुरान पढ़िया और कहते थोड़ी देर बाद मशीन फिर मैं तो बोली उन्हें ना चंगा चुप करके बह रहा बेलियो कुरान सुनाना हदीस सुनाना मौला दे फरमान सुनिया करो, ज़ारा पाक दी सीरत पढ़िया करो, मौला हसन हुसैन दे फरमान पढ़िया करो, इमाम ज़ैनुल आबिदीन ने पढ़िया करो, इमाम बाकर ने पढ़िया करो, एम ए आले बैद इमाम जवाद सालक दे साहबा इकराम दे पढ़ो, कुछ तुहानू समझ भी आए। ये पढ़ नहीं सकदे ते ईमानदारी नाल सुन ही लिया करो। एक मसला मैं होर बयान करना ते फिर मैं फजाइल बयान, अजे मैं फजाइल बयान नहीं किते, अजे सिर्फ मसले बयान करने। जो तो सैयद अपने वड्डियां दी तारीफ करेगा फिर भी सुन लिया जे। अजे एक गल तुहानू मैं सुनाईए तहीरा दी कि ज़हरा उठ के नमाज पढ़ लैंदी है। अजे तो मैं छोटी जी गल सुनाईए, मैं कोई सन 47 च आया कि मैं दुनिया जानदी नहीं, अद्धा पंजाब सैयद बरादरी है मेरी, मैं कोई मौलवी नूं पैदा कि सैयद बनया वा। तेनूं सीने ठंड पै जाएगी जदों मैं ज़हरा दा ज़िक्र करांगा, जदों मेरे मुँह मौला अली दी शान सुनेगा, क्योंकि मैं लैंड होके नहीं करदा, मैं वुज़ू करके आया। अली दा ज़िक्र इबादत है ना, पाक ज़बान नाल करना चाहिए। पहले एक मसला सुन लै, उची बोलो, सुनोगे सुनोगे गौर नाल। एक करी मैं आयत पढ़ लवां ते फिर तुहाडे कोल इह मैं मसला आप नहीं करना, तुहाडे कोल हल करवा लै, जे तवज्जो नाल करोगे ते इत्थे ही हल हो जाणा। इत्थे ते एक किसे कोल पुछणा वी जे भी असीं हल करके आए आ, दस शाह होरां गलत तेरी गल कीती, पहले आयत फिर सुन लईए करी, जिन्नी वारी पढ़ीए कुरान ही है ना। انما يريد الله ليذهب عنكم الرجس اهل البيت ويطهركم تطهيرا ان چوکیا کا سبحان اللہ سبحان اللہ
ਹੁਣ ਮਸਲਾ ਸੁਣ ਸਹੀ ਗੱਲ ਦੀ ਮੇਰੀ ਹਮਾਇਤ ਕਰਿਆ ਜੇ ਤੁਹਾਡੀ ਭਲਾ ਹੋਵੇ ਤੇ ਜੇ ਝੂਠ ਗੱਲ ਮੈਂ ਕਰਾਂ ਤੇ ਮੇਰੇ ਤੇ ਕਰੋੜ ਨਹੀਂ ਲਾ ਸੁਣੋ ਇਹ ਵੀ ਬੇਲੀਆਂ ਰੌਲਾ ਚ ਪਾਇਆ ਰੌਲੇ ਚ ਤੁਹਾਨੂੰ ਪਾਇਆ ਆਂਦਾ ਇਹ ਲੈ ਬੈਤ ਨੇ ਉਹ ਆਂਦਾ ਨਹੀਂ ਹੈ ਨਹੀਂ ਉਹ ਆਂਦਾ ਇਹ ਨਹੀਂ ਆਂਦਾ ਹੈ ਉਹ ਆਂਦਾ ਇਹ ਨਹੀਂ ਹੈ ਨਹੀਂ ਮੈਂ ਇਹ ਤੁਹਾਨੂੰ ਨਹੀਂ ਸੁਣਾਉਣਾ ਮੈਂ ਤੁਹਾਡੇ ਕੋਲ ਗੱਲ ਪੁੱਛਣੀ ਹੈ ਤੇ ਦੋ ਕੁਰਾਨ ਦੀ ਆਇਤਾਂ ਸੁਣਾ ਦੇਣੀ ਹੈ ਸਿਰਫ ਇੰਨੀ ਗੱਲ ਕਰਨੀ ਹੈ ਤੇ ਮੈਂ ਫਿਰ ਫਜ਼ਾਇਲ ਸ਼ੁਰੂ ਕਰ ਲੱਗਾ ਤੁਹਾਡੇ 'ਚ ਕੋਈ ਬੰਦਾ ਉੱਠ ਕੇ ਮੈਨੂੰ ਕਹਿ ਸਕਦਾ ਹੈ ਕਿ ਮੇਰੀ ਅੰਮਾ ਤੇ ਮੇਰੇ ਅੱਬੇ ਦਾ ਮੇਰੇ ਘਰ ਨਾਲ ਕੋਈ ਤਲਕ ਨਹੀਂ ਬੋਲੋ ਬੋਲੋ ਤੁਹਾਡੀ ਮਿਹਰਬਾਨੀ ਬੋਲੋ ਤੁਹਾਨੂੰ ਵੀ ਸਵਾਬ ਹੋਏਗਾ ਇਹ ਮੇਰੇ ਬਜ਼ੁਰਗਾਂ ਵਰਗੇ ਬੱਚਿਆਂ ਵਰਗੇ ਭਾਈਆਂ ਵਰਗੇ ਅਜ਼ੀਜ਼ ਬੈਠੇ ਹੋ ਤੁਹਾਡੇ 'ਚ ਇੱਕ ਬੰਦਾ ਬੈਠਾ ਜਿਹਨੂੰ ਉੱਠ ਕੇ ਕਹੇ ਮੇਰੀ ਅੰਮਾ ਦਾ ਮੇਰੇ ਘਰ ਨਾਲ ਕੋਈ ਤਲਕ ਨਹੀਂ ਆਖੇਗਾ ਉੱਚੀ ਬੋਲੋ ਚਲੋ ਅੰਮਾ ਨੂੰ ਨਹੀਂ ਆ ਸਕਦੇ ਅੱਬੇ ਨੂੰ ਹੀ ਆਖ ਦਿਓ ਨਹੀਂ ਨਾ ਕਵੇਗਾ ਤੇ ਤੇਰੇ ਮਾਂ ਬਾਪ ਘਰ ਵਾਲੇ ਨੇ ਤੇ ਹਜ਼ੂਰ ਦੇ ਨਹੀਂ ਮੈਂ ਬੜੀ ਸਾਦੀ ਜੀ ਗੱਲ ਤੁਹਾਡੇ ਨਾਲ ਕਰਨੀ ਸਾਦੀ ਜੀ ਯਾਦ ਤੇ ਤੂੰ ਮੈਨੂੰ ਉੱਠ ਕੇ ਦੇਣਾ ਮੇਰੀ ਅੰਮਾ ਤੇ ਮੇਰੇ ਅੱਬੇ ਦਾ ਮੇਰੇ ਘਰ ਨਾਲ ਕੋਈ ਤਲਕ ਨਹੀਂ ਤੇ ਫਿਰ ਅਹਿਲੇ ਬੈਤ ਚ ਹਜ਼ੂਰ ਦੇ ਵਾਲਦਿਆਂ ਨੂੰ ਵੀ ਕੱਢ ਦੇ ਤੇ ਜੇ ਆਪਣੇ ਮਾਪਿਆਂ ਨੂੰ ਨਹੀਂ ਕੱਢ ਸਕਦਾ ਤੇ ਹਜ਼ੂਰ ਦੇ ਮਾਪਿਆਂ ਨੂੰ ਕਿਉਂ ਕੱਢਣਾ ਪਿਆ ਉੱਚੀ ਬੋਲਿਆ ਦੀ ਗੱਲ ਸੱਚੀ ਹੈ ਕਿ ਝੂਠੀ ਹੈ ਲੋਕ ਮੈਂ ਕੋਈ ਤੁਹਾਡੇ ਕੋਲੋਂ ਹੱਲ ਕਰਾਉਣਾ ਪਿਆ ਹੁਣ ਵੀ ਇਮਾਨਦਾਰੀ ਨਾਲ ਬੋਲਣਾ ਜੇ ਇਮਾਨਦਾਰ ਨਾਲ ਮੇਰੇ ਬਜ਼ੁਰਗੋ ਬਾਈਓ ਇਮਾਨਦਾਰ ਨਾਲ ਬੋਲਣਾ ਇੱਥੇ ਮੈਂ ਇੱਕ ਗੱਲ ਤੁਹਾਨੂੰ ਕਰਾਂਗਾ ਕੋਈ ਦਿਲ ਗੁਰਦੇ ਵਾਲਾ ਓਏ ਅਹਿਮਦ ਦੂਜਾ ਕਿੱਥੇ ਜੀ ਫਲਕ ਸ਼ੇਰ ਸਾਹਿਬ ਗੱਲ ਉੱਥੇ ਹੀ ਆ ਗਈ ਲਿਆ ਕੋਈ ਦਿਲ ਗੁਰਦੇ ਵਾਲਾ ਬੰਦਾ ਜਿਹਨੂੰ ਅੰਦਰ ਬੱਬਰ ਸ਼ੇਰ ਉਹ ਇੱਥੇ ਉੱਠ ਕੇ ਮੈਨੂੰ ਕਹਿ ਦੇਵੇ ਮੇਰੀ ਬੀਵੀ ਦਾ ਮੇਰੇ ਘਰ ਨਾਲ ਕੋਈ ਤਲਕ ਨਹੀਂ ਜਿਹੜੇ ਲੋਕ ਲੜਾਉਂਦੇ ਉਹਨਾਂ ਮਗਰ ਲੱਗਣਾ ਸੈਯਦ ਦਾ ਔਖਾ ਤੇ ਸੁਣਨਾ ਲਿਆ ਜਿਹੜਾ ਮੌਲਵੀ ਆਂਦਾ ਬੀਵੀ ਵਾਲੇ ਬੈਤ ਨੂੰ ਆ ਲਿਖ ਕੇ ਦੇਵੇ ਕਿ ਮੇਰੀ ਬੀਵੀ ਵਾਲੇ ਬੈਤ ਨਹੀਂ ਲਿਖੇ ਨਾ ਆਪਣੀ ਬੀਵੀ ਨੂੰ ਪਹਿਲਾਂ ਘਰੋਂ ਕੱਢੇ ਨਾ ਨਹੀਂ ਸਮਝ ਆਉਂਦੀ ਪਈ ਤੇ ਡੋਬੀ ਗਏ ਉਹ ਸੁਭਾਨ ਲਈ ਆ ਫਿਰ ਤਬਲੀਗ ਪਿਆ ਕਰਨਾ ਮੰਨਣਾ ਨਾ ਮੰਨਣਾ ਤੁਹਾਡੀ ਆਪਣੀ ਮਰਜ਼ੀ ਹੈ ਗੱਲ ਤੁਹਾਡੇ ਕੋਲ ਹੱਲ ਕਰਾਉਣਾ ਉੱਠੋ ਕੋਈ ਸ਼ੇਰ ਦਲੇਰ ਅੰਦਰ ਦਿਲ ਗੁਰਦੇ ਵਾਲਾ ਆ ਬੰਦਾ ਬੜਾ ਦਿਲ ਗੁਰਦੇ ਵਾਲਾ ਵੈਸੇ ਮੈਨੂੰ ਕੋਈ ਨਹੀਂ ਦਿੱਸੇ ਅਜੇ ਤੱਕ ਮੈਨੂੰ 62-63 ਸਾਲ ਹੋ ਗਏ ਨੇ ਮੈਂ ਜ਼ਿੰਦਗੀ ਮੈਂ ਬੜੇ ਬੜੇ ਵੇਖੇ ਨੇ ਵੱਡੇ ਵੱਡੇ ਟਹਿ ਗਏ ਨੇ ਬਾਕੀ ਛੋਟੇ ਛੋਟੇ ਰਹਿ ਗਏ ਨੇ ਪੜੋ ਲਾ ਇਲਾਹਾ ਇਲੱਲਾ ਬੀਵੀ ਦਾ ਨਾਂ ਲਈਏ ਕਈਆਂ ਬੰਦਿਆਂ ਦੇ ਰੰਗ ਖੱਟੇ ਹੋ ਜਾਂਦੇ ਨੇ ਨਹੀਂ ਤੇ ਆਹ ਵੇਖ ਲਓ ਹੋ ਗਿਆ ਜੇ ਅੱਗੇ ਇਹਦਾ ਹੋ ਗਿਆ ਜੀ ਕਿੱਥੇ ਗਿਆ ਉਹ ਤਿੰਨ ਵਾਰ ਅਸੀਂ ਇਤਿਆਦ ਕਰੀ ਨਾਂ ਨਹੀਂ ਉਹਦਾ ਲੈਣਾ ਹੁਣ ਮੈਂ ਉਹ ਹੁੰਦਾ ਜੇ ਕਿ ਨਹੀਂ ਇਹ ਜਿਹੜੇ ਹੱਸਦੇ ਨੇ ਇਹਦਾ ਵੀ ਹਾਲ ਇਹ ਹੀ ਜੇ ਇਹ ਘਰ ਘਰ ਇਹ ਹੀ ਜੇ ਅੱਲਾ ਤੁਹਾਨੂੰ ਖੁਸ਼ ਰੱਖੇ ਮਸਲਾ ਸਮਝੋ ਮਿਹਰਬਾਨੀ ਤੁਹਾਡੀ ਉਹ ਲਿਆ ਕੋਈ ਮੇਰੇ ਸਾਹਮਣੇ ਉੱਠ ਕੇ ਜਿਹੜਾ ਮੈਨੂੰ ਆਖੇ ਕਿ ਮੇਰੀ ਬੀਵੀ ਘਰ ਵਾਲੀ ਨਹੀਂ ਲਿਖ ਦੇ ਮੈਨੂੰ ਉਹਨੂੰ ਪਤਾ ਲੱਗੇ ਬੀਵੀ ਵਾਲੇ ਵੈਦ ਹੁੰਦੀ ਹੈ ਕਿ ਨਹੀਂ ਤੇ ਫਿਰ ਸੋਚਣਾ ਚਾਹੀਦਾ ਜਿਹਦੇ ਨਾਲ ਤੂੰ ਨਿਕਾਹ ਕਰੇ ਉਹ ਤੇ ਘਰ ਵਾਲੀ ਵਾਲੇ ਵੈਦ ਹੈ ਤੇ ਜਿਹਦੇ ਨਾਲ ਹਜ਼ੂਰ ਕਰਨਾ ਸਾਦੀ ਜੀ ਗੱਲ ਸਾਦੀ ਜੀ ਸਾਦੀ ਜੀ ਗੱਲ ਜਿਹੜਾ ਤੈਨੂੰ ਆਖੇ ਨਾ ਬੀਵੀ ਵਾਲੇ ਵੈਦ ਨਹੀਂ ਰੱਖ ਮੌਲਵੀ ਇਸੇ ਸਪੀਕਰ ਆ ਕੇ ਮੇਰੀ ਬੀਵੀ ਘਰ ਵਾਲੀ ਕੋਈ ਤੈਨੂੰ ਪਤਾ ਲੱਗ ਰਿਹਾ ਵਾਲੇ ਵੈਦ ਹੁੰਦੀ ਹੈ ਕਿ ਨਹੀਂ ਹੈ ਤੂੰ ਨਿਕਾਹ ਕੀਤਾ ਮੈਂ ਨਿਕਾਹ ਕੀਤਾ ਇਹਨਾਂ ਨਿਕਾਹ ਕੀਤਾ ਦਾਦਕਿਆਂ ਨਾਨਕਿਆਂ ਦੀ ਮਰਜ਼ੀ ਨਾਲ ਕੁਨਬੇ ਕਬੀਲੇ ਭੈਣਾਂ ਭਰਾਵਾਂ ਦੇ ਇੱਦਾਂ ਹੈ ਹਜ਼ੂਰ ਦੀ ਹਦੀਸ ਭੁੱਲ ਗਈ ਆ ਫਰਮਾਇਆ ਮੈਂ ਉੱਥੇ ਕੀਤਾ ਜਿੱਥੇ ਰੱਬ ਨੇ ਹੁਕਮ ਫਰਮਾਇਆ ਮਾਪਿਆਂ ਨੂੰ ਕੱਢ ਵਾਲੇ ਬੈਠ ਤੇ ਫਿਰ ਮਧੂ ਦੇ ਮਾਂ ਬਾਪ ਨੂੰ ਕੱਢ ਲੈ ਆਪਣੀ ਬੀਵੀ ਨੂੰ ਘਰੋਂ ਮਾਰ ਕੇ ਡੰਡਾ ਕੱਢ ਨਾ ਤੇਰਾ ਮੇਰੇ ਘਰ ਦਾ ਕੀਤਾ ਲੱਗੇ ਤੇ ਫਿਰ ਹਜ਼ੂਰ ਦੀ ਬੀਵੀ ਨੂੰ ਵੀ ਕੱਢ ਲੈ ਕਮਾਲ ਹੋ ਗਈ ਯਾਰ ਇਹਨੇ ਵੀ ਸਮਝ ਨਹੀਂ ਆਈ ਲੋਕਾਂ ਨੂੰ ਹਜ਼ੂਰ ਦੇ ਵਾਲਦੇ ਨੇ ਹਲੇ ਬੈਠ ਬਦਰ ਜੇ ਉਹਦਾ ਜ਼ਵਾਜ ਰਸੂਲ ਅਲੇ ਬੈਠ ਮੌਲਾ ਅਲੀ ਅਲੇ ਬੈਠ ਨਬੀ ਜੀ
ਦੀਆਂ ਧੀਆਂ ਵਾਲੇ ਬੈਤ, ਸਾਰਾ ਪਾਕ ਵਾਲੇ ਬੈਤ, ਨਬੀ ਦੇ ਸਾਹਿਬਜ਼ਾਦੇ ਵਾਲੇ ਬੈਤ, ਮੌਲਾ ਹਸਨ ਵਾਲੇ ਬੈਤ, ਮੌਲਾ ਹੁਸੈਨ ਵਾਲੇ ਬੈਤ, ਮੁੱਕੇ ਨਹੀਂ ਗਏ ਸਲਮਾਨ ਫਾਰਸੀ ਵੀ ਵਾਲੇ ਬੈਤ। ਅਸੀਂ ਸਾਰਿਆਂ ਦੇ ਗੁਲਾਮ, ਜਿਹੜਾ ਗੁਲਾਮ ਹੈ ਆਖੋ ਮਦੀਨੇ ਵਾਲਿਆ, ਸਾਰਿਆਂ ਦੇ ਗੁਲਾਮ ਆ, ਇਹਨੇ ਹੱਥ ਜੋੜ ਕੇ ਆਖੋ ਮਦੀਨੇ ਵਾਲਿਆ, ਸੁਣਿਆ ਸਾਰਿਆਂ ਦੇ। ਮੈਂ ਉੱਚਾ ਕਦੀ ਨਹੀਂ ਬੋਲੀ, ਮੈਂ ਉੱਚਾ ਕਦੀ ਨਹੀਂ ਬੋਲੀ, ਇੱਕ ਤੇਰੇ ਦਮ ਬਦਲੇ ਮੈਂ ਸਾਰੇ ਟੱਬਰ ਦੀ। ਕਦਮੀ ਨਹੀਂ ਲੱਗਾ ਤੇ ਇਹ ਕਾਰਫ ਹੈ ਤੇ ਕਾਲੇ ਰੰਗ ਦਾ ਸਿਫਤ ਦਾ ਗੁਲਾਮ ਜ਼ਾਦ ਦਾ ਅਫਸ਼ੀ ਸਾਬੇ ਸੁਆ ਚੜ੍ਹਨ ਵਾਲਾ ਸੁੱਕੇ ਟੁਕੜਾਂ ਦੇ ਗੁਜ਼ਾਰਾ ਕਰਨ ਵਾਲਾ ਨੱਕ ਮੋਟਾ ਹੋਠ ਮੋਟੇ ਪੈਰਾਂ ਦੀਆਂ ਬਿਆਈਆਂ ਫਟੀਆਂ ਨੇ ਤੇ ਜੋ ਹਜ਼ੂਰ ਦਾ ਗੁਲਾਮ ਬਣਿਆ ਫਰਮਾਇਆ ਫਿਰ ਕਾਬੇ ਦੀ ਛੱਤ ਤੇ ਖਲੋ ਕੇ ਅਜ਼ਾਨ ਚਾ ਦੇ ਇੱਕ ਇੱਕ ਸਾਡੇ ਸਿਰ ਦਾ ਤਾਜ ਨੇ ਹੁਣ ਤੁਸੀਂ ਇੰਜ ਕਰਕੇ ਜਿਹਨੇ ਹੱਥ ਨਾ ਚੁੱਕਿਆ ਦਿਲੋਂ ਨਾ ਲਿਆ ਉਹ ਨਾ ਲਵੇ ਅੱਜ ਗੱਲ ਕਰਨੀ ਹੈ ਮੌਲਾ ਅਲੀ ਦੀ ਹੁਣ ਤੁਸੀਂ ਇਹ ਵੀ ਆਖੋਗੇ ਤੂੰ ਹੱਥ ਕਿਉਂ ਚੁਕਾਇਆ
मैं तो फायदे वास्ते चुकाया। सलामी भाई भाई साहब एक सुन्नत नूं जिंदा करिए किन्ना सवाब है, सौ जी जाना ते मौला जी नाल हाथ चुक के लैना सुन्नत है कि नहीं, बोलो। ऐ सारी दुनिया सामने में तेरे ते मेरे आका ने इरशाद फरमाया, लोको सुन लो, मन कौन तो
ਮਿਲਾਦ ਦਾ ਜ਼ਿਕਰ ਵਧਦਾ ਜਾਂਦਾ ਮੈਂ ਮੌਲਾ ਹੁਸੈਨ ਦਾ ਜ਼ਿਕਰ ਵਧਦਾ ਜਾਂਦਾ। ਇਹ ਬੰਦ ਕਰਨ ਵਾਲੇ ਆਪ ਬੰਦ ਹੋ ਜਾਣਗੇ, ਜ਼ਿਕਰ ਹੁੰਦੇ ਰਹਿਣੇ। ਮੈਂ ਤੇ ਅਕਸਰ ਆਉਂਦਾ ਹੁੰਦਾ, ਤੈਨੂੰ ਤੇ ਦੀਨ ਮੁਫ਼ਤ 'ਚ ਮਿਲ ਗਿਆ। ਤੈਨੂੰ ਕੀ ਪਤਾ ਦੀਨ ਦੀ ਕਦਰ ਕੀ ਆ? ਦੀਨ ਦੀ ਕਦਰ ਪੁੱਛਣੀ ਆ ਤੇ ਸਹਰਾ ਦੇ ਬੱਚਿਆਂ ਕੋਲ ਪੁੱਛਣਾ। ਉਮਤ ਨੂੰ ਵਸਾ ਛੱਡਿਆ, ਉਮਤ ਦੇ ਅਮੀਰਾਂ ਨੇ ਉਮਤ ਨੂੰ ਵਸਾ ਛੱਡਿਆ, ਇਸ ਗੱਲ ਪਤਾ ਨੀ ਕੀ ਪਾ ਲੈਂਦੇ। ਉਹ ਚੱਲ ਠੀਕ ਹੈ, ਤੂੰ ਚੰਗਾ। ਉਮਤ ਨੂੰ ਵਸਾ ਛੱਡਿਆ, ਉਮਤ ਦੇ ਅਮੀਰਾਂ ਨੇ ਇਸਲਾਮ ਨੂੰ ਰੰਗ ਛੱਡਿਆ, ਜ਼ੈਨਬ ਦੇ ਅਮੀਰਾਂ ਉਮਤ ਨੂੰ ਵਸਾ ਵਸਾ ਛੱਡਿਆ, ਉਮਤ ਨੂੰ ਵਸਾ ਛੱਡਿਆ, ਉਮਤ ਦੇ ਅਮੀਰਾਂ ਨੇ ਇਸਲਾਮ ਨੂੰ ਰੰਗ ਛੱਡਿਆ, ਕਰਬਲ ਦੇ ਪੀਰਾਂ ਨੇ। ਇਸ ਵਾਰ ਫਰਮਾਇਆ ਦੀਨ ਅਸਤੂ ਹੁਸੈਨ, ਕਿਹੜੇ ਦੀਨ ਦੀ ਮੌਲਵੀ ਗੱਲ ਕਰਨਾ ਪਿਆ? ਦੀਨ ਅਸਤੂ ਹੁਸੈਨ, ਉਹ ਕਿਹੜਾ ਦੀਨ? ਉਹ ਦੀਨ ਅਸਤੂ ਹੁਸੈਨ। ਹੁਸੈਨ ਪਾਕ ਦਾ ਕਿਰਦਾਰ ਇਹ ਵੇ, ਇਹ ਗੱਲਾਂ ਕਰਨੀਆਂ ਸੌਖੀਆਂ ਨੇ, ਕਰਨਾ ਜ਼ਹਰਾ ਦੇ ਬੱਚੇ ਦਾ ਕੰਮ ਸੀ, ਅੱਲਾ ਦਾ ਕਰਮ ਸੀ, ਮੌਲਾ ਅਲੀ ਦੀ ਨਾਲ ਮਦਦ ਸੀ, ਜ਼ਹਰਾ ਪਾਕ ਦੀਆਂ ਦੁਆਵਾਂ ਸਨ। ਵਰਨਾ ਪੁੱਤਰ ਤੇ ਭਾਈ ਤੇ ਭਤੀਜੇ ਦੇ ਭਣੇਵੇਂ ਜਿੰਨੇ ਪਿਆਰੇ ਨੇ ਤੁਹਾਨੂੰ ਵੀ ਪਤਾ ਹੈ, ਤੇ ਹੁਸੈਨ ਦੇ ਸਾਹਮਣੇ ਢੇਰ ਹੋਏ ਪਏ ਸਨ, ਜਵਾਨ ਪੁੱਤਰ ਭਤੀਜੇ ਭਰਾ ਭਣੇਵੇਂ, 6 ਮਹੀਨੇ ਤੋਂ ਲੱਗ ਕੇ ਸ਼ੇਰ ਵਰਗੇ ਜਵਾਨਾਂ ਤੱਕ ਆਪਣਾ ਸਰ ਕਟਾ ਦਿੱਤਾ, ਝੁਕਾਇਆ ਨਹੀਂ। ਸਰਦਾਦ ਨਾ ਦਾਦ ਦਸਤ ਦਰ ਦਸਤੇ ਯਜ਼ੀਦ, ਤਵਜੋ ਕਰੀ, ਹੱਕਾ ਕਿ ਬਿਨਾ ਇਲਾ ਇਲਾ ਅਸਤ ਹੁਸੈਨ। ਇਹ ਵੀ ਨਹੀਂ ਪਤਾ ਲੱਗਾ ਕਿ ਹਕੀਕਤ ਕੀ ਹੈ। ਹੁਸੈਨ ਪਾਕ ਦਾ ਡਟ ਜਾਣਾ ਯਜ਼ੀਦ ਦੇ ਪਾਤਲ ਹੋਣ ਦੀ ਦਲੀਲ ਹੈ, ਅਲੀ ਦਾ ਮਗਰ ਨੀਤ ਲੈਣਾ ਅਬੂ ਬਕਰ ਉਮਰ ਦੇ ਹੱਕ ਦੀ ਦਲੀਲ ਹੈ। ਵਰਨਾ ਅਲੀ ਕਿਸੇ ਮਾੜੇ ਬੰਦੇ ਦਾ ਨਾਂ ਹੈ, ਅਲੀ ਕਿਸੇ ਕਮਜ਼ੋਰ ਬੰਦੇ ਦਾ ਨਾਂ ਹੈ। ਉਹ ਆਇਆ ਨਾ, ਮੇਰੀ ਮਾਂ ਨੇ ਮੇਰਾ ਨਾਮ ਮਰਹਬ ਰੱਖਿਆ। ਆ ਜਿਹੜਾ ਤੁਸੀਂ ਨਾਰਾ ਹੈਦਰੀ ਮਾਰਦੇ, ਇਹਦੀ ਸਨਅਤ ਪੇਸ਼ ਨਾਲ ਹੋ ਜਾਏ, ਇਹਦੀ ਸਨਅਤ ਪੇਸ਼ ਹੋ ਜਾਏ। ਮੇਰੇ ਆਕਾ ਨੇ ਮੌਲਾ ਅਲੀ ਵੱਲ ਤੱਕਿਆ, ਅਲੀ ਇਹ ਜਹਾਜ਼ ਦਾ ਦਿਮਾਗ ਠੀਕ ਕਰ। ਅਲੀ ਬਾਹਰ ਆਏ, ਉਹ ਪਤਾ ਕੀ ਹੈ? ਸੈਯਦਾ ਤੈਯਬਾ ਹਜ਼ਰਤ ਫਾਤਿਮਾ ਬਿੰਤੇ ਅਸਦ ਰਜ਼ੀ ਅੱਲਾਹੁ ਤਾਲਾ ਅਨਹਾ, ਆਪ ਫਰਮਾਉਂਦੀਆਂ ਨੇ 3-4 ਮਹੀਨੇ ਮੇਰੇ ਪੁੱਤਰ ਅਲੀ ਦੀ ਉਮਰ ਸੀ, 3-4 ਮਹੀਨੇ ਮੌਲਾ ਅਲੀ ਦੀ, ਤੇ ਸਾਡੇ ਵੇਲੇ ਏਡਾ ਮੋਟਾ ਸੱਪ ਆ ਗਿਆ ਤੇ ਆਪ ਝੂਲੇ 'ਚ ਨੇ, ਤਵਜੋ ਕਰੋ, ਤੇ ਅਜੇ ਝੂਲੇ ਦੇ ਨਾਲ ਸੱਪ ਚੜਿਆ ਨਾ, ਤੇ ਵਿੱਚ ਸੀ ਅਲੀ। ਮੇਰੇ ਨਾਲ ਵੇਖਿਆ ਜੇ, ਜਿਹਨੂੰ ਸਮਝ ਨਾ ਆਈ ਤੇ ਬੋਲਿਆ ਨਾ, ਮੈਨੂੰ ਬੜਾ ਬੁਰਾ ਲੱਗਣਾ ਜੇ ਸੱਪ ਨੇ ਫਨ ਖਿਲਾਰੀ ਨਾ। ਮੌਲਾ ਅਲੀ ਸ਼ੇਰ ਹੈ ਨਾ, ਫਾਤਿਮਾ ਬਿੰਤੇ ਅਸਦ ਰਜ਼ੀ ਅੱਲਾਹ ਫਰਮਾਉਂਦੀਆਂ ਨੇ, ਮੈਂ ਦੌੜ ਕੇ ਆਈ ਤੇ ਪੁੱਤਰ ਨੇ ਸੱਪ ਫੜ ਲਿਆ, ਜਦੋਂ ਨੇੜੇ ਮਾਂ ਆਈ ਤਾਂ ਆਪਣੇ ਅੰਸ਼ ਉੱਠਿਆ, 3 ਜਾਂ 3.5 ਮਹੀਨੇ ਉਮਰ ਹੈ ਆਪਦੀ, ਸੱਪ ਮੋਇਆ ਪਿਆ, ਮਾਂ ਨੇ ਚੁੱਕ ਕੇ ਮੱਥਾ ਚੁੰਮਿਆ, ਫਰਮਾਇਆ ਤੂੰ ਤੇ ਹੈਦਰ ਹੈ, ਤੂੰ ਤੇ ਹੈਦਰ ਹੈ, ਹੈਦਰ। ਹੁਣ ਦੀ 5 ਵਾਰੀ ਮੇਰੇ ਨਾਲ ਆਖਣਾ, ਮੈਂ ਆਖਣਾ, ਪਹਿਲਾਂ ਸੁਣ ਲਓ ਕਿਵੇਂ ਆਖਣਾ, ਮੈਂ ਆਖਣਾ ਅਲੀ ਤੁਸਾਂ ਕਰਨਾ ਹੈਦਰ, 5 ਵਾਰੀ ਆਖਣਾ, ਮੇਰੇ ਕਹਿਣ ਤੇ ਨਹੀਂ ਮੌਲਾ ਅਲੀ ਦੇ ਮੰਨਣ ਵਾਲਿਆਂ ਨੂੰ ਕਹਿਣਾ, ਹੱਥ ਚੁੱਕ ਲਓ, ਅਲੀ 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 ਅਲੀ
पर वुजू करके ना लिया का तेन पता लगे अली का ना लिये तो रूहानियत कि मिलती अली का जिक्र इबादत है अली वो पीरे जो सारे पीर का पीर है मेरे इमाम रबानी फरमांदे ने अली ओ पीरे जेड़ा आलमे रवात भी फैज बनता सी 1 लाख ते कई हजार नबियां ते रसूलां दी उम्मतां जेड़े वली होए ने ना दीगर अंबिया दी उम्मतां च भी जेड़े वली होए ने उहनां कोल फैज मौला अली दा अली ओ पीरे जेड़ा आलमे रवात फैज बनता है आलमे दुनिया च फैज बनता है अली ओ वे जेड़ा हुण भी कयामत तक आलमे बरज़ख च भी फैज पे बनता है ਨਾਲ ਪੜੋਗੇ ਬਈ ਨਾਲ ਖਾਣੋ ਜਿੱਤੇ ਦੂਰ ਤੋਈ ਮਾਸ਼ਾਅੱਲਾ ਮੌਲਾ ਅਲੀ ਮੌਲਾ ਅਲੀ 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 हूं जरा पढ़ सकते हो मैं पढ़ लो मौला अली बोलो मौला अली मौला अली मौला अली मौला अली 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 ਸੁਖ ਕਮਾ ਲੋ ਤੁਸੀਂ ਆਖਣਾ ਮੌਲਾ ਅਲੀ ਮੇਰਾ ਪੀਰ ਮੌਲਾ ਅਲੀ ਜਿਹਦਾ ਹੈ ਬੋਲੋ ਜਿਹਦਾ ਨਹੀਂ ਉਹਨੇ ਬੋਲੋ ਮੇਰਾ ਪੀਰ ਮੌਲਾ ਅਲੀ ਮਾਸ਼ਾਅੱਲਾ ਮੇਰਾ ਪੀਰ ਮੌਲਾ ਅਲੀ Ali Mola Ali Khaja Nizamuddin Auliya assi ave Ali nahi karde pae Khaja Nizamuddin Auliya Nizam Ghulam e Kambarat